ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ ਇੱਕ ਵਾਰ ਦੇ ਐਲਾਨ ਜਿਹੜੇ ਨੇ ਉਹ ਵਕ ਵਕ ਪਾਰਟੀਆਂ ਵੱਲੋਂ ਕੀਤੇ ਗਏ ਨੇ ਤਾਂ ਜਿਹੜਾ ਚੋਣ ਕਮਿਸ਼ਨ ਹੈ ਹਰ ਚੋਣ ਦੇ ਵਿੱਚ ਨਵਾਂ ਐਕਸਪੈਰੀਮੈਂਟ ਕਰਦਾ ਰਿਹਾ ਹੈ ਨਾ ਉਹ ਇਹ ਵਾਰ ਜਿਹੜਾ ਲੋਕ ਸਭਾ ਦਾ ਉਹ 95 ਲੱਖ ਰੁਪਏ ਤੋਂ ਵੱਧ ਖਰਚਾ ਨਹੀਂ ਕਰਦਾ ਜੇਕਰ 95 ਲੱਖ ਤੋਂ ਉੱਪਰ ਕਰਦਾ ਕੋਈ ਪੈਨਲਟੀ ਵੀ ਲਗਾਈ ਜਾਂਦੀ ਹੈ ਲੱਡੂ ਵੰਡੇ ਪੈਸਾ ਵੀ ਕਈ ਵਾਰ ਜਿਹੜਾ ਵੰਡਿਆ ਜਾਂਦਾ ਸੀ ਪਰ ਜਿਹੜੀਆਂ ਹੁਣ ਅੱਖਾਂ ਨੇ ਉਹ ਚੋਣ ਕਮਿਸ਼ਨ ਦੀਆਂ ਖੁੱਲੀਆਂ ਹੋਈਆਂ ਨੇ ਜੇਕਰ ਤੁਸੀਂ ਇਸ ਦਾਇਰੇ ਦੇ ਅੰਦਰ ਜਾ ਕੇ ਨਹੀਂ ਖਰਚ ਕਰਦੇ ਤਾਂ ਤੁਹਾਨੂੰ ਜਿਹੜਾ ਉਸ ਤੋਂ ਬਾਅਦ ਜਿਹੜੇ ਪੈਸੇ ਨੇ ਉਹ ਵਸੂਲੇ ਕਰਨੇ ਪੈ ਸਕਦੇ। ਉਹਦੇ 'ਚ ਕੀ ਹੈ ਕਿ ਇੱਕ ਦਿਨ ਦਾ 2500 ਰੁਪਇਆ ਪਰ ਏਸੀ ਜਿਹੜਾ ਹੈਗਾ ਉਹਦਾ ਰੈਂਟ ਪੈਣਾ ਪੈਂਦਾ। ਵੇਸਣ ਦੀ ਬਰਫੀ ਹੈ ਜਿਹੜੀ ਉਹ 220 ਰੁਪਏ ਕਿਲੋ। ਗੁੰਦੀ ਦੇ ਜਿਹੜੇ ਲੱਡੂ ਨੇ ਉਹਦਾ 150 ਰੁਪਏ ਡੇਢ ਅੰਦਰ ਆਧਾਰ ਕੇ। ਸਟੇਜ ਦਾ ਜਿਹੜਾ 3000 ਰੁਪਇਆ ਜਿਹੜੀ 20 ਫੁੱਟ ਦੀ ਸਟੇਜ ਆ ਉਹਦਾ 3000 ਰੁਪਇਆ ਤੁਹਾਡੇ ਖਾਤੇ 'ਚ ਪੈ। ਸਮੋਸਾ ਹੈਗਾ ਸੌਸ ਨਾਲ 15 ਰੁਪਏ ਤੇ ਸਬਜ਼ੀ ਨਾਲ 25 ਰੁਪਏ ਚਾਹ ਦਾ ਕੱਪ 10 ਰੁਪਏ ਤੇ ਕੌਫੀ ਦਾ ਕੱਪ 15 ਰੁਪਏ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ ਲੋਕ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਉਮੀਦਵਾਰਾਂ ਦਾ ਐਲਾਨ ਜਿਹੜੇ ਨੇ ਉਹ ਵਕ ਵਕ ਪਾਰਟੀਆਂ ਵੱਲੋਂ ਕੀਤੇ ਗਏ ਨੇ ਪਰ ਅਸੀਂ ਬੋਲ ਦਾ ਪੰਜਾਬ ਵਿੱਚ ਤੁਹਾਨੂੰ ਜਿਹੜੀ ਪੂਰੀ ਰਿਪੋਰਟ ਅਰੇ ਦਿਖਾਵਾਂਗੇ ਕਿਉਂਕਿ ਇਲੈਕਸ਼ਨ ਦੇ ਦੌਰਾਨ ਜਿਹੜਾ ਚੋਣ ਕਮਿਸ਼ਨ ਵੱਲੋਂ ਜਿਹੜੇ ਰੇਟ ਨੇ ਉਹਨੇ ਧਾਰਤ ਕੀਤੇ ਜਾਂਦੇ ਹਨ ਕਿ ਲੱਡੂਆਂ ਤੋਂ ਲੈ ਕੇ ਪਾਣੀ ਤੋਂ ਲੈ ਕੇ ਜਿਹੜਾ ਗਾਇਕ ਸੱਦੇ ਜਾਂਦੇ ਨੇ ਉਹਦਾ ਵੀ ਤੁਹਾਨੂੰ ਜਿਹੜਾ ਮੁੱਲਾ ਉਹ ਦੇਣਾ ਪਵੇਗਾ ਕੀ ਰੇਟ ਨਿਰਧਾਰਿਤ ਕੀਤੇ ਗਏ ਨੇ ਕਿਉਂਕਿ ਆਮ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੁੰਦੀ ਕਿਉਂਕਿ ਅਕਸਰ ਹੀ ਜਦੋਂ ਆਪਾਂ ਰੈਡੀਆਂ ਦੇ ਵਿੱਚ ਜਾਂਦੇ ਆ ਤਾਂ ਵੱਡੇ ਵੱਡੇ ਸਟਾਲਾਂ ਲੱਗਿਆ ਹੁੰਦੇ ਨੇ ਵੀ ਆਪਾਂ ਉੱਥੇ ਜਿਹੜਾ ਵਧੀਆ ਮਜ਼ੇ ਦੇ ਨਾਲ ਖਾ ਲੈਨੇ ਆ ਪਰ ਉਹਦਾ ਜਿਹੜਾ ਰੇਟ ਆ ਉਹ ਨਿਰਧਾਰਤ ਕੀਤਾ ਹੁੰਦਾ ਕੀ ਰੇਟ ਨਿਰਧਾਰਤ ਕੀਤਾ ਹੁੰਦਾ ਇਸ ਪੁੱਛੇ ਚਰਚਾ ਅਸੀਂ ਕਰਾਂਗੇ ਅੱਜ ਬੋਲਦਾ ਪੰਜਾਬ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਮੇਰੇ ਨਾਲ ਸਹਿਯੋਗੀ ਮੌਜੂਦ ਨੇ ਗੁਰਮੁਖ ਸਿੰਘ ਪਾਣਾ ਜੀ ਪਾਣਾ ਜੀ ਇਕਲ ਵੱਖਰਾ ਵਿਸ਼ਾ ਹੈ ਵੀ ਲੱਡੂਆਂ ਤੋਂ ਲੈ ਕੇ ਗਾਇਕਾਂ ਤੱਕ ਕਿਉਂਕਿ ਕਹਿੰਦੇ ਗਾਇਕ ਵੀ ਸੱਦੇ ਜਾਂਦੇ ਨੇ ਰਸ਼ ਵੀ ਪੂਰਾ ਕੀਤਾ ਜਾਂਦਾ ਹੈ ਵਰੇਰਾ ਚੌਣ ਕਮਿਸ਼ਨ ਦੀ ਜਿਹੜੀ ਆ ਅੱਖ ਵੀ ਨਜ਼ਰ ਜਿਹੜੀ ਹੁੰਦੀ ਆ ਉੱਥੇ ਹੁੰਦੀ ਆ ਪਾਤਾਂ ਨੂੰ ਕੀ ਲੱਗਾ ਕੀ ਰੇਟ ਹੁੰਦਾ ਉਹਦਾ ਤੇ ਕਿਵੇਂ ਜਿਹੜਾ ਵਚਾਇਆ ਜਾ ਸਕਦਾ ਉਸ ਨੂੰ ਅਮਰਜੀਤ ਆਪਾਂ ਕਾਫੀ ਦੇਰ ਤੋਂ ਦੇਖ ਰਹੇ ਆ ਕਿ ਪਿਛਲੇ ਲਗਭਗ ਜੇ ਆਪਾਂ ਕਈ ਦਹਾਕੇ ਪਹਿਲਾਂ ਜਾਈਏ ਤਾਂ ਕੋਈ ਇਦਾਂ ਦਾ ਕੋਈ ਰੇਟ ਨਹੀਂ ਹੁੰਦਾ ਸੀਗਾ ਠੀਕ ਹੈ ਮੰਨ ਲਓ ਵੀ ਇੱਕ ਕੈਂਡੀਡੇਟ ਆਇਆ ਕੈਂਡੀਡੇਟ ਖੜਾ ਜਿੰਨਾ ਮਰਜੀ ਖਰਚਾ ਕਰ ਰਿਹਾ ਉਹ ਉਸ ਤੋਂ ਬਾਅਦ ਕਿੰਨਾ ਮਰਜੀ ਇਕੱਠ ਕਰ ਰਿਹਾ ਇਕੱਠ ਦੇ ਵਿੱਚ ਜੋ ਮਰਜੀ ਖਵਾ ਰਿਹਾ ਪਲਾ ਰਿਹਾ ਹਨ ਤੇ ਉਹ ਉਸ ਤੋਂ ਬਾਅਦ ਹੌਲੀ ਹੌਲੀ ਕੀ ਹੋਇਆ ਕਿ ਜਿਵੇਂ ਜਿਵੇਂ ਸਮਾਂ ਲੰਘਦਾ ਗਿਆ ਸਮਾਂ ਚੇਂਜ ਹੁੰਦਾ ਗਿਆ ਸਮਾਂ ਬਦਲਦਾ ਗਿਆ ਨਵੀਆਂ ਤਕਨੀਕਾਂ ਆਉਂਦੀਆਂ ਰਹੀਆਂ ਤੇ ਹਰ ਚੀਜ਼ ਦੇ ਹਰ ਵਾਰ ਜਦੋਂ ਵੀ ਕੋਈ ਇਲੈਕਸ਼ਨ ਹੋਇਆ ਨਾਮਾ ਚਾ ਵਿਧਾਨ ਸਭਾ ਚਾ ਲੋਕ ਸਭਾ ਤਾਂ ਜਿਹੜਾ ਚੋਣ ਕਮਿਸ਼ਨ ਹੈ ਹਰ ਚੋਣ ਦੇ ਵਿੱਚ ਨਵਾਂ ਐਕਸਪੈਰੀਮੈਂਟ ਕਰਦਾ ਰਿਹਾ ਹਨ ਤੇ ਜਦੋਂ ਦੇਖਿਆ ਚੋਣ ਕਮਿਸ਼ਨ ਨੇ ਵੀ ਖਰਚੇ ਜਿਆਦੇ ਹੋ ਰਹੇ ਨੇ ਹੈ ਨਾ ਤੇ ਖਰਚੇ ਬਹੁਤ ਔਰ ਲੋਕਾਂ ਦੇ ਵਿੱਚ ਵੀ ਇਹ ਜਿਹੜੀ ਇੱਕ ਪਰਸੈਪਸ਼ਨ ਬਣ ਗਈ ਸੀਗੀ ਕਿ ਜਿਹੜਾ ਉਮੀਦਵਾਰ ਹੈ ਵੀ ਉਹਨੋਂ ਜਿਹੜਾ ਕਰੋੜਾਪਤੀ ਉਮੀਦਵਾਰ ਹੈਗਾ ਜਿਹਦੇ ਕੋਲ ਕਰੋੜਾਂ ਲੱਖਾਂ ਰੁਪਈਆ ਹੈ ਉਹੀ ਜਿਹੜਾ ਵੋਟਾਂ 'ਚ ਖੜ ਸਕਦਾ ਕਿਉਂਕਿ ਖਰਚਾ ਬਹੁਤ ਜ਼ਿਆਦਾ ਹੁੰਦਾ ਆ ਵੀ ਆਮ ਲੋਕ ਇਹ ਨਹੀਂ ਖੜ ਸਕਦੇ ਕਿਉਂਕਿ ਇਹ ਜਿਹੜੀ ਪ੍ਰੋਫੈਸ਼ਨ ਜਿਹੜੀ ਬਣਾਈ ਹੁੰਦੀ ਹੈ ਵੀ ਜਿਹੜਾ ਕੋੜਾ ਪਤੀ ਨੇ ਵੀ ਉਹ ਇਲੈਕਸ਼ਨ ਲੜ ਸਕਦੇ ਨੇ ਆਮ ਜਿਹੜਾ ਗਰੀਬ ਪਰਵਾਦ ਦਾ ਜਿਹੜਾ ਲੋਕ ਨੇ ਉਹ ਇਲੈਕਸ਼ਨ ਨਹੀਂ ਲੜ ਸਕਦੇ ਪਰ ਇਦਾਂ ਨਹੀਂ ਹੁੰਦਾ ਕਿਉਂਕਿ ਜਿਹੜਾ ਪੈਸੇ ਨਿਰਧਾਰਤ ਕੀਤੇ ਗਏ ਨੇ ਇੱਕ ਲਿੰਮਟ ਬਣਾਈ ਹੁੰਦੀ ਹੈ ਵੀ ਤੁਸੀਂ ਇੰਨਾ ਜਿਹੜਾ ਚੋਣ ਕਮਿਸ਼ਨ ਦੇ ਅਧਾਰ ਤੇ ਜਿਹੜਾ ਉਮੀਦਵਾਰ ਜਿਹੜਾ ਉਹ ਖਰਚ ਕਰ ਸਕਦਾ ਪਰ ਉੱਪਰ ਕਿੰਨੇ ਕਿ ਉਹ ਜਿਹੜਾ ਪਰਸ ਪੈਸੇ ਖਰਚੇ ਜਾਂਦੇ ਨੇ ਉਸ ਤੇ ਜਿਹੜੀ ਹੈ ਕਿ ਨਾ ਮੈਂ ਕੋਈ ਡਿਬੇਟ ਵੀ ਰੱਖੀ ਜਾਂਦੀ ਹੈ ਜਾਂ ਉਹਨਾਂ ਨੂੰ ਕੋਈ ਜੁਰਮਾਨਾ ਵੀ ਹੁੰਦਾ ਹੈ ਇਹਦੇ ਬਾਰੇ ਤੇ ਗੱਲਬਾਤ ਕਰਾਂਗੇ ਬਣਾ ਜੀ ਬਿਲਕੁਲ ਨਹੀਂ ਹਾਂ ਆਪਾਂ ਇਹੀ ਗੱਲ ਕਰ ਰਹੇ ਹਾਂ ਇਸੇ ਕਰਕੇ ਚੋਣ ਕਮਿਸ਼ਨ ਨਿਰ ਪਾਰਟੀਆਂ ਨੇ ਪੈਸਾ ਬਹੁਤਾ ਜਿਆਦਾ ਨਹੀਂ ਹਨਾ ਉਹਨਾਂ ਦਾ ਫਿਰ ਚੋਣ ਪ੍ਰਚਾਰ ਹੀ ਨਹੀਂ ਹੁੰਦਾ ਸੀਗਾ ਕਿਉਂਕਿ ਉਹਨਾਂ ਕੋਲ ਇੰਨਾ ਪੈਸਾ ਹੀ ਨਹੀਂ ਹੁੰਦਾ ਸੀਗਾ ਲਾ ਸਕਣ ਉਹ ਤੇ ਲੋਕਾਂ ਨੂੰ ਵੰਡ ਸਕਣ ਜਾਂ ਲੋਕਾਂ ਨੂੰ ਇੰਨਾ ਜਿਆਦਾ ਉਹਨਾਂ ਦੇ ਖਾਣ ਪੀਣ ਦੇ ਖਰਚਾ ਕਰ ਸਕਣ ਵੱਡੀਆਂ ਰੈਲੀਆਂ ਕਰ ਸਕਣ ਤਾਂ ਫਿਰ ਚੋਣ ਕਮਿਸ਼ਨ ਨੇ ਇੱਕ ਨਿਰਧਾਰਤ ਕਰਤਾ ਕਿ ਕੋਈ ਵੀ ਮੰਨ ਲਓ ਕੈਂਡੀਡੇਟ ਜਿਹੜਾ ਐਮਐਲਏ ਆ ਉਹਦਾ ਅਲੱਗ ਜਿਹੜਾ ਅਮਾਉਂਟ ਅਧਾਰਿਤ ਕਰਤੀ ਕਿ ਇਸ ਤੋਂ ਬਾਅਦ ਪੈਸਾ ਨਹੀਂ ਖਰਚੋਗੇ ਜਿਹੜੀ ਲੋਕ ਸਭਾ ਉਹਦੇ ਲਈ ਜ਼ਿਆਦਾ ਕਿਉਂਕਿ ਇੱਕ ਲੋਕ ਸਭਾ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ 9 ਵਿਧਾਨ ਸਭਾ ਹਲਕੇ ਆ ਠੀਕ ਹੈ ਇੱਕ ਜਿਹੜਾ ਹੈਗਾ ਆਪਣਾ ਲੋਕ ਸਭਾ ਹਲਕਾ 9 ਵਿਧਾਨ ਸਭਾ ਹਲਕੇ ਨੇ ਤਾਂ ਕਰ ਉਹਦਾ ਫਿਰ ਰੇਟ ਵੀ ਉਹਨਾਂ ਹੋਏਗਾ ਤੇ ਇੱਕ 95 ਉਮੀਦਵਾਰ ਜਿਹੜਾ ਲੋਕ ਸਭਾ ਦਾ ਉਹ 95 ਲੱਖ ਰੁਪਏ ਤੋਂ ਵੱਧ ਖਰਚਾ ਨਹੀਂ ਕਰ ਸਕਦਾ ਹਰ ਰੋਜ਼ ਉਹਨੀ ਮੋਨਿਟਰਿੰਗ ਹੋਏਗੀ ਯਾਨੀ ਕਿ ਚੋਣ ਕਮਿਸ਼ਨ ਨੇ ਕਿਨਾਰਤ ਕਰਤਾ ਵੀ 95 ਲੱਖ ਤੱਕ ਜਿਹੜਾ ਉਮੀਦਵਾਰ ਆ ਉਹ ਖਰਚਾ ਕਰ ਸਕਦਾ ਜੇਕਰ 95 ਲੱਖ ਤੋਂ ਉੱਪ نوٹس پہ ਜਾਂਦਾ ਕਿ ਪ੍ਰਸਾਹ ਹਾਂ ਨਹੀਂ ਬਿਲਕੁਲ ਵੀ ਤੁਸੀਂ ਉਸ ਤੋਂ ਵੱਧ ਖਰਚਾ ਕਰ ਹੀ ਨਹੀਂ ਸਕਦੇ ਤਾਂ ਉਹ ਤਾਂ ਫਿਰ ਤੋਂ نوٹس ਵੀ ਆਏਗਾ ਤੁਹਾਨੂੰ ਜਵਾਬ ਵੀ ਦੇਣਾ ਪਏਗਾ ਜੇ ਉਸ ਤੋਂ ਵੱਧ ਖਰਚਾ ਕਰੋਗੇ ਹਨ ਪਰ ਇਹ ਕਿਤੇ ਨਾ ਕਿਤੇ ਇਹ ਜ਼ਰੂਰ ਹੈ ਕਿ ਫਿਰ ਇੱਕ ਹੋਰ ਹੋ ਗਿਆ ਤੁਸੀਂ ਖਰਚਾ ਨਿਰਦਾਰਤ ਕਰਤਾ 95 ਲੱਖ ਰੁਪਏ ਦਾ ਤੇ ਫਿਰ ਚੋਣ ਕਮਿਸ਼ਨ ਨੂੰ ਫਿਰ ਹੌਲੀ 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 ਜਿਹੜਾ ਐਕਸਪੈਰੀਮੈਂਟ ਹੁੰਦੇ ਗਏ ਤਾਂ ਫਿਰ ਇਹ ਵੀ ਗੱਲ ਨਾਲ ਆਈ ਜੇ ਆਪਾਂ ਕਿਉਂ ਨਾ ਖਾਨ ਪੀਂਦੇ ਨੇ ਚੀਜ਼ਾਂ ਜਿਹੜੀਆਂ ਵਰਤੀਆਂ ਜਾਂਦੀਆਂ ਨੇ ਰੈਲੀਆਂ ਦੇ ਵਿੱਚ ਮੀਟਿੰਗਾਂ ਦੇ ਵਿੱਚ ਜਾਂ ਜਦੋਂ ਲੋਕਾਂ ਦਾ ਇਕੱਠ ਕੀਤਾ ਜਾਂਦਾ ਹੈ ਹਨਾ ਤੇ ਉੱਥੇ ਜਾਂ ਲੋਕਾਂ ਨੂੰ ਕਈ ਵਾਰ ਕੋਈ ਚੀਜ਼ ਦਿੱਤੀ ਜਾਂਦੀ ਆ ਉਸ ਚੀਜ਼ ਦਾ ਵੀ ਨਿਰਧਾਰਤ ਕਰੋ ਹੁਣ ਇੱਕ ਸਪੋਸ ਕਰੋ ਤੁਸੀਂ ਮੰਨ ਲਓ ਵੱਡੇ ਕਲਾਕਾਰ ਨੂੰ ਗੁਰਦਾਸ ਮਾਨ ਬਾਰੇ ਵੱਡੇ ਕਲਾਕਾਰ ਨੂੰ ਬੁਲਾ ਰਹੇ ਆ ਜਿਹੜਾ 5-6 ਲੱਖ ਰੁਪਏ ਲੈ ਜਾਂਦਾ ਸੀ ਤੇ ਉਹਦਾ ਰੇਟ 15-15 ਵੀ ਲੱਖ ਰੁਪਏ ਹੈ ਨਾ ਜਦੋਂ ਆਪਾਂ ਐਡੇ-ਐਡੇ ਵੱਡੇ ਉਮੀਦਵਾਰਾਂ ਨੂੰ ਕਰ ਰਹੇ ਆ ਜੇ ਤੁਸੀਂ ਪੂਰੇ ਮਹੀਨੇ ਦੀ ਜਾਂ 15 ਦਿਨ ਦੀ ਜਿਹੜੀ ਹੈਗੀ ਤੁਹਾਡੇ ਚੋਣ ਜਿਹੜੀ ਰੈਲੀ ਹੁੰਦੀਆਂ ਨੇ ਜਿਹੜੀਆਂ ਵੱਡੀਆਂ ਹਣਾ 15 ਨੇ ਤੁਹਾਨੂੰ ਮਿਲ ਰਹੇ ਨੇ ਚੋਣ ਕੰਪੇਨ ਲਈ ਉਸ ਪੂਰੀ ਕੰਪੇਨ ਦੇ ਵਿੱਚ ਆਕਰ ਜੇ ਤੁਸੀਂ ਚਾਰ ਵਾਰ ਵੀ ਇੱਕ ਵੱਡਾ ਕਲਾਕਾਰ ਨੂੰ ਤੁਸੀਂ ਕਿਤੇ ਲਵਾ ਲਿਆ ਤਾਂ ਤੁਹਾਡਾ ਕਿੰਨੇ ਰੁਪਏ 20 ਲੱਖ ਨੂੰ ਲਾ ਲਓ 80 ਲੱਖ ਰੁਪਏ ਤਾਂ ਉਹੀ ਹੋ ਗਿਆ ਤੁਹਾਡਾ ਬਾਕੀ ਖਰਚਾ ਕਿੱਥੋਂ ਕਰੂ ਬਾਕੀ ਖਰਚਾ ਕਿੱਥੋਂ ਪੂਰਾ ਆ ਗਿਆ ਤਾਂ ਫਿਰ ਚੋਣ ਕਮਿਸ਼ਨ ਨੇ ਕੀ ਕੀਤਾ ਹਰ ਚੀਜ਼ ਦਾ ਰੇਟ ਨਿਰਧਾਰਤ ਕਰਤਾ ਜੇ ਅਗਰ ਇੱਕ ਲੱਡੂ ਵੀ ਤੁਸੀਂ ਮੰਨ ਲਓ ਕਿਲੋ ਲੈ ਲਿਆ ਤਾਂ ਉਹ ਕਿਲੋ ਲੱਡੂ ਦਾ ਤੁਸੀਂ ਇਹ ਨਹੀਂ ਕਹਿਣਾ ਵੀ ਅਸੀਂ ਤਾਂ ਜੀ 20 ਰੁਪਏ ਕਿਲੋ ਲਾਏ ਆ ਜਾ ਅਸੀਂ ਜੀ ਅੱਥਾ 100 ਰੁਪਏ ਕਿਲੋ ਲਿਆਂਦੇ ਆ ਜਾਂ ਅਸੀਂ 50 ਰੁਪਏ ਕਿਲੋ ਲਿਆਂਦੇ ਨਾ ਉਹ ਚੋਣ ਕਮਿਸ਼ਨ ਦੀ ਰੇਟ ਮੁਤਾਬਕ ਰੇਟ ਲੱਗੇ। ਜਾਨੀ ਤੂੰ ਹਲਵਾਈ ਤਾਂ ਚਾਹੇ 20 ਰੁਪਏ ਕਿਲੋ ਲਿਆਓ ਪਰ ਚੋਣ ਕਮਿਸ਼ਨ ਨੇ ਪੈਸੇ ਸਾਰੇ ਤੁਹਾਨੂੰ ਕੋਈ ਫ੍ਰੀ ਦੇ ਦੇ। ਹਾਂ। ਚਾਹੇ ਤੁਹਾਨੂੰ ਕੋਈ ਟਰੱਕ ਲੱਡੂਆਂ ਦਾ ਫ੍ਰੀ ਤਾਰ ਜੇ ਵੀ ਹੈ ਜੀ ਮੇਰੇ ਵੱਲੋਂ ਪਰ ਉਹ ਲੋਕਾਂ ਦੇ ਹਿਸਾਬ ਨਾਲ ਜਿੰਨੇ ਉੱਥੇ ਗਿਣਤੀ ਹੋਏਗੀ, ਕਰਾਊਡ ਹੋਏਗਾ ਜਿੰਨਾ ਜਿਹੜੇ ਉੱਥੇ ਆਬਜ਼ਰਵਰ ਫਿਰਦੇ ਨੇ ਉਹ ਗਿੰਦੇ ਨੇ ਵੀ ਉੱਥੇ ਇੰਨੀ ਗਿਣਤੀ ਹੈ। ਉਹ ਉਹ ਬੈਲੀ ਵੈਸੇ ਤਾਂ ਪਹਿਲਾਂ ਦੱਸੜਿਓ ਪੈਂਦੀ ਐ ਜਦੋਂ ਤੁਸੀਂ ਕਿਸੇ ਚੀਜ਼ ਦੀ ਪਰਮਿਸ਼ਨ ਲਓਗੇ ਰੈਲੀ ਦੀ ਲਓਗੇ ਮੀਟਿੰਗ ਦੀ ਲਓਗੇ ਧਰਨੇ ਦੀ ਲਓਗੇ ਜਦੋਂ ਕੋ ਚੋਣ ਕਮਿਸ਼ਨ ਦੇ ਵਿੱਚ ਹਨਾ ਉਹ ਜਿਹੜਾ ਕੈਂਡੀਡੇਟ ਕਰੇਗਾ ਤਾਂ ਇੱਕ ਦਿਨ ਪਹਿਲਾਂ ਜਦੋਂ ਤੁਸੀਂ ਉਹਦੀ ਪਰਮਿਸ਼ਨ ਲੈਨੇ ਹੋ ਨੇ ਜਿਹੜੇ ਆਪਣੇ ਡੀਸੀ ਆਫਿਸ ਐਡਮ ਆਫਿਸ ਜਾ ਕੇ ਜਿੱਥੋਂ ਵੀ ਜਾ ਰਹੇ ਹੋ ਤਾਂ ਉੱਥੇ ਤੁਹਾਨੂੰ ਉਹ ਕਹਿਦਾ ਦੱਸਣਾ ਪਏਗਾ ਕਿ ਇੰਨੇ ਉੱਥੇ ਜਿਹੜਾ ਲੋਕਾਂ ਦਾ ਇਕੱਠ ਹੋਏਗਾ 150 200 ਤੇ ਕੋ 10 ਵੀ ਇੱਧਰ ਹੋ ਜਾ ਕੋਈ ਦਿੱਕਤ ਨਹੀਂ ਠੀਕ ਹੈ ਤੇ ਉਸ ਤੋਂ ਬਾਅਦ ਇੰਨੀ ਕੁਰਸੀ ਲੱਗੇਗੀ ਇਨਾ ਵੱਡਾ ਟੈਂਟ ਲੱਗੇਗਾ ਇਨਾ ਏਰੀਆ ਸੀ ਜਿਹੜਾ ਹੈਗਾ ਕੇ ਰਿਆ ਜਾਏਗਾ ਇਹਦਾ ਨੁਕਸਾਨ ਆ ਲੋਕਾਂ ਨੂੰ ਕੋਈ ਨੁਕਸਾਨ ਨਹੀਂ ਹੋਏਗਾ ਕੋਈ ਰਸਤਾ ਨਹੀਂ ਬਲੌਕ ਕੀਤਾ ਜਾਏਗਾ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨਿਰਧਾਰਤ ਕੀਤੀਆਂ ਗਈਆਂ ਨੇ ਤਾਂ ਫਿਰ ਜਦੋਂ ਉੱਥੇ ਆਪਾਂ ਦੱਸ ਕੇ ਆ ਰਹੇ ਹਾਂ ਕਿ ਸਾਡਾ 100 ਬੰਦਿਆਂ ਦਾ ਇਕੱਠ ਹੈ ਤਾਂ ਉਹ ਉਹ ਜਿਹੜੀ ਹੈਗੇ ਲਿਸਟ ਉਹ অবজারভার ਕੋਲੇ ਆਈ ਜਾਣੀ ਆ ਆਨਲਾਈਨ ਨਾਲ ਦੀ ਨਾਲ ਆ ਜਾਣੀ ਆ ਤੇ ਜਦੋਂ ਪੂਰਾ ਟਾਈਮ ਹੋ ਜਾਏਗਾ ਉੱਥੇ ਤੁਹਾਡੇ ਰੈਲੀ ਦਾ ਧਰਨੇ ਦਾ ਮੀਟਿੰਗ ਦਾ ਜਿਹੜੀ ਵੀ ਚੋਣ ਤੁਸੀਂ ਪ੍ਰਚਾਰ ਕਰ ਰਹੇ ਹੋ ਕੰਪੇਨ ਕਰ ਰਹੇ ਹੋ ਤਾਂ ਉੱਥੇ ਉਹ ਕਰਾਊਡ ਦੇ ਹਿਸਾਬ ਦੇ ਨਾਲ অবজারভার ਨੇ ਤੁਹਾਨੂੰ ਪੁੱਛਣਾ ਨਹੀਂਗਾ ਉਹਨੇ ਆਪਣੇ ਆਪ ਹੀ ਦੇਖਣਾ ਵੀ ਇਹਨਾਂ ਨੇ 100 ਬੰਦੇ ਲਿਖਿਆ ਸੀ ਉਹਰੇ 200 ਬੰਦਾ ਹੋ ਗਿਆ ਤਾਂ ਉਹਨਾਂ ਨੇ ਅਪਰੋਕਸੀਮੇਟਲੀ 150 200 ਬੰਦੇ ਦੀ ਜਿਹੜੀ ਲਿਸਟ ਹੈ ਉਹ ਬਣਾ ਕੇ ਨਾਲ ਦੀ ਨਾਲ ਤੁਹਾਡੇ ਖਾਤੇ 'ਚ ਪਾ ਕੇ ਭੇਜ ਦੇਣੀ ਆ ਆਨਲਾਈਨ ਹੀ ਵੀ ਅੱਜ ਇੱਥੇ ਰੈਲੀ ਐਂਡ ਮੀਟਿੰਗ ਸੀ ਤੇ ਇੰਨਾ ਇਹਨਾਂ ਦਾ ਕਰਾਊਡ ਸੀਗਾ ਇਹਨਾਂ ਨੇ ਇੱਥੇ ਲੱਡੂ ਵੰਡੇ ਨੇ ਸਮੋਸੇ ਕਿੰ ਦਿੱਤੇ ਨੇ ਰੋਟੀ ਖਵਾਈ ਹੈ ਤਾਂ ਰੋਟੀ ਨਾਲ ਕਿਹੜੀਆਂ ਕਿਹੜੀਆਂ ਸਬਜ਼ੀਆਂ ਸੀ ਉਹਦਾ ਵੀ ਰੇਟ ਨਿਰਧਾਰਤ ਹੈ ਚਾਹ ਪਲਾਈਆ ਕੌਫੀ ਪਲਾਈਆ ਕੋਲਡ ਡਰਿੰਕ ਪਲਾਈਆ ਉਹਦਾ ਵੀ ਰੇਟ ਨਿਰਧਾਰਤ ਹੈ ਹਨਾ ਵੀ ਹਰ ਚੀਜ਼ ਹੈ ਜਿਹੜੀ ਤੋਂ ਕਿੰਨੇ ਪੈਸੇ ਜਣ ਗਿਆ ਪਰਦੇ ਕਹਿੰਦਾ ਵੀ ਆਪਾਂ ਜਿਹੜੀ ਹੈ ਅੱਖ ਮੀਟ ਕੇ ਨਹੀਂ ਰੱਖ ਸਕਦੇ ਕਿਉਂਕਿ ਚੌਂਕ ਕਮਿਸ਼ਨ ਦੇ ਜਿਹੜੇ ਨੁਮਾਇੰਦੇ ਨੇ ਜਾਂ ਉਹਨਾਂ ਦੇ ਅਰਜ਼ਰਵਰ ਨੇ ਉਹ ਤੁਹਾਡੀ ਜਿਹੜੀ ਪੂਰੀ ਨਿਗਾਹ ਤੁਹਾਡੇ ਤੇ ਰੱਖ ਰਹੇ ਨੇ ਕਿਉਂਕਿ ਅਕਸਰ ਹੀ ਪਹਿਲਾਂ ਹੁੰਦਾ ਸੀ ਵੀ ਆਪਾਂ ਜਦੋਂ ਪ੍ਰਚਾਰ ਕਰਦੇ ਸੀ ਲੱਡੂ ਵੰਡਦੇ ਪੈਸਾ ਵੀ ਕਈ ਵਾਰ ਜਿਹੜਾ ਵੰਡਿਆ ਜਾਂਦਾ ਸੀ ਪਰ ਜਿਹੜੀਆਂ ਹੁਣ ਅੱਖਾਂ ਨੇ ਉਹ ਚੋਣ ਕਮਿਸ਼ਨ ਦੀਆਂ ਖੁੱਲੀਆਂ ਹੋਈਆਂ ਨੇ ਉਹਨਾਂ ਦੇ ਜਿਹੜੇ ਵਰਕਰ ਸਾਹਿਬਾਨ ਨੇ ਉਹ ਵੀ ਜਿਹੜਾ ਲੱਗੇ ਹੋਏ ਨੇ ਤੁਹਾਨੂੰ ਜਿਹੜਾ ਇਸ ਧਾਰੇ ਦੇ ਅੰਦਰ ਰੱਖ ਕੇ ਜਿਹੜਾ ਤੁਹਾਨੂੰ ਜਿਹੜਾ ਖਰਚ ਕਰਨਾ ਪਾਵੇਗਾ ਜੇਕਰ ਤੁਸੀਂ ਇਸ ਧੈਰੇ ਦੇ ਅੰਦਰ ਲੈ ਕੇ ਨਹੀਂ ਖਰਚ ਕਰਦੇ ਤਾਂ ਤੁਹਾਨੂੰ ਜਿਹੜਾ ਉਸ ਤੋਂ ਬਾਅਦ ਜਿਹੜੇ ਪੈਸੇ ਨੇ ਉਹ ਵਸੂਲਨੇ ਕਰਨੇ ਪੈ ਸਕਦੇ ਨੇ ਜੀ हां पार तो ओ दे आप हुन आप रेट ਦੱਸਾਂਗੇ देखो ਦਰਸ਼ਕਾਂ ਨੂੰ ਇਹ ਜ਼ਰੂਰੀ ਦੱਸਣਾ ਹੈਗਾ ਪਰ ਇਹਦਾ ਦੱਸਦਾ ਕਿ ਰੇਟ ਹੈ ਵੀ ਲੱਗਿਆ ਪਰ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਰੇਟ ਤੁਹਾਡਾ ਲੱਗ ਕਿੰਨਾ ਰਿਹਾ ਤੁਹਾਨੂੰ ਮੰਨ ਲਓ ਜੇ ਕੋਈ ਆ ਰਿਹਾ ਤਾਂ ਉਹਨੂੰ ਇੱਕ ਕੈਂਡੀਡੇਟ ਖੜਾ ਤਾਂ ਉਹਨੂੰ ਕਿੰਨੇ ਪੈਸੇ ਜਿਹੜੇ ਹੈਗਾ ਹਰ ਚੀਜ਼ ਦੇ ਦੇਣੇ ਪੈਣਗੇ ਹਨਾ ਜੇਕਰ ਆਪਾਂ ਹੁਣ ਗੱਲ ਕਰੀਏ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਇੱਕ ਦਿਨ ਦਾ ਏਸੀ ਜੇ ਮਾਲੂ ਗਰਮੀ ਪੂਰੀ ਹੈ ਜੇ ਗਰਮੀ ਚ ਇਲੈਕਸ਼ਨ ਹੋ ਰਹੀਆਂ ਤਾਂ ਇਸ ਲਈ ਅਗਰ ਇਲੈਕਸ਼ਨ ਦੇ ਵਿੱਚ ਤੁਸੀਂ ਜਿਹੜੀ ਤੁਹਾਡਾ ਟੈਂਟ ਲਵਾਇਆ ਤੁਸੀਂ ਅਗਰ ਉਹਨੂੰ ਫੁੱਲੀ ਏਸੀ ਕਰਾ ਰਹੇ ਹੋ ਤਾਂ ਉੱਥੇ ਉਹਦੀ ਗਿਣਤੀ ਹੋਏਗੀ ਵੀ ਤੁਹਾਡੇ ਇਹਦੇ ਚ ਕਿੰਨੇ ਏਸੀ ਲੱਗੇ ਹੋਏ ਨੇ ਠੀਕ ਹੈ ਤਾਂ ਇੱਕ ਦਿਨ ਦਾ ਇੱਕ ਹੋਰ ਵੀ ਆ ਜੇ ਤੁਸੀਂ ਕਿਸੇ ਪੈਲਸ ਕਰ ਰਹੇ ਹੋ ਤਾਂ ਪੈਲਸ ਦਾ ਖਰਚਾ ਲੱਗ ਹੈ ਪਰ ਜਿਹੜਾ ਏਸੀ ਆ ਏਸੀ ਦਾ ਖਰਚਾ ਜਿਹੜਾ ਪਰ ਏਸੀ ਦੇ ਹਿਸਾਬ ਨਾਲ ਲੱਗਣਾ ਜਾਨਕ ਜਿੰਨੇ ਅਸੀਂ ਚੱਲਣਗੇ ਤਾਂ ਉਹਦਾ ਖਰਚਾ ਲੱਗੇ ਬਿਲਕੁਲ ਉਹਦੇ ਚ ਕੀ ਹੈ ਕਿ ਇੱਕ ਦਿਨ ਦਾ 2500 ਰੁਪਏ ਪਰ ਏਸੀ ਜਿਹੜਾ ਹੈਗਾ ਉਹਦਾ ਰੈਂਟ ਪੈਣਾ ਤੁਹਾਨੂੰ ਅਚ ਜੀ ਇੱਕ ਏਸੀ ਲਗਾਉਣ ਦਾ 2500 ਰੁਪਏ 2500 ਰੁਪਏ ਰੈਂਟ ਇੱਕ ਦਿਨ ਦਾ ਠੀਕ ਹੈ ਹੁਣ ਉਹ ਰੈਲੀ ਆ ਜਿਹੜੀ ਧਰਨਾ ਤੁਹਾਡਾ ਕਿੰਨੀ ਦੇਰ ਦਾ ਘੰਟਾ 2 ਘੰਟੇ 3 ਘੰਟੇ 4 ਘੰਟੇ ਹਨਾ ਬਤੋਂ ਦੇ ਇੰਨਾ ਹੀ ਹੁੰਦਾ ਹੁਣ ਸਵੇਰ ਤੋਂ ਰਾਤ ਤੱਕ ਤਾਂ ਲੱਗਿਆ ਨਹੀਂ ਹੈਗਾ ਤਾਂ ਉਹਦਾ ਜਿਹੜਾ ਰੈਂਟ ਆ ਤੁਹਾਡਾ ਉਹ ਏਸੀ ਦਾ 2500 ਰੁਪਏ ਪੈਣਾ ਉਸ ਉਹਦਾ ਜਿਹੜਾ ਰੇਟ ਨਿਰਧਾਰਤ ਕੀਤਾ ਉਹ 220 ਰੁਪਏ ਕਿਲੋ ਨਿਰਧਾਰਤ ਰੇਟ ਕੀਤਾ ਜਦੋਂ ਕਿ ਬੂੰਦੀ ਦੇ ਜਿਹੜੇ ਲੱਡੂ ਨੇ ਉਹਦਾ 150 ਰੁਪਏ ਰੇਟ ਨਿਰਧਾਰਤ ਕੀਤਾ ਚੋਣ ਕਮਿਸ਼ਨ ਨੇ ਹਨਾ ਦੇਖੋ ਜਿਹੜੇ ਇਹ ਰੇਟ ਨੇ ਆਪਾਂ ਦਰਸ਼ਕਾਂ ਨੂੰ ਰੇਟ ਜ਼ਰੂਰ ਦੱਸ ਰਹੇ ਪਰ ਕਈ ਵਾਰ ਨਾ ਇੱਕ ਦਿਲ ਦੇ ਵਿੱਚ ਆਪਣੇ ਇਹ ਵੀ ਆ ਜਾਂਦਾ ਹੈ ਵੀ ਇਹਦੇ ਰੇਟ ਪਟਿਆਲੇ ਦੇ ਤੇ ਰੇਟ ਇਹਦਾ ਇੰਨੇ ਆ ਤੇ ਅਰ ਜੇ ਆਪਾਂ ਚੰਡੀਗੜ੍ਹ ਜਾਈ ਉੱਥੇ ਰੇਟ ਹੈ ਨਾ ਹਨਾ ਜੇ ਦਿੱਲੀ ਜਾਂਦੇ ਆ ਉਹ ਤੋਂ ਰੇਟ ਹੈ ਨਾ ਹਨਾ ਇਹ ਵੀ ਕਈ ਵਾਰ ਹੁੰਦਾ ਆਪਣੇ ਵੀ ਮਨ 'ਚ ਹੁੰਦੀ ਹੈ ਵੀ ਰੇਟ ਘੱਟ ਵੱਧ ਪਰ ਇਹ 'ਚ ਥੋੜਾ ਬਹੁਤਾ ਫਰਕ ਹੋ ਸਕਦਾ ਦੇਖੋ ਹਰ ਹਰ ਸਟੇ ਤੇ ਸੀਟ ਦਾ ਫਰਕ ਤਾਂ ਨਹੀਂ ਹੈਗਾ ਜੇ ਆਪਾਂ ਗੱਲ ਕਰੀਏ ਵੀ ਪਟਿਆਲੇ ਇਹ ਹੈ ਤੇ ਫਤਿਗੜ ਸਾਹਿਬ ਕੀ ਹੋਏਗਾ ਹਨਾ ਤੇ ਥੋੜਾ ਬਹੁਤਾ ਜਿਹੜਾ ਹੈਗਾ ਸਟੇਟ ਵਾਈਜ਼ ਸਟੇਟ ਜਾਂ ਜਿਦੋਂ ਚੰਡੀਗੜ੍ਹ ਦਾ ਰੇਟ ਹੋਰ ਹੈ ਪਟਿਆਲੇ ਦਾ ਹੋਰ ਹੈ ਅਮਰਸਰ ਦਾ ਹੋਰ ਹੈ ਲੁਧਿਆਣੇ ਦਾ ਹੋਰ ਹੈ ਉਹਦੇ ਥੋੜਾ ਬਹੁਤਾ ਰੇਟ ਚ ਹੇਰ ਫੇਰ ਹੋ ਸਕਦੀ ਆ ਯਾਨੀ ਕਿ ਆਪਾਂ ਕਹਿ ਸਕਦਾ ਜਿਹੜਾ ਆਪਾਂ ਰੇਟ ਦਰ ਦੱਸ ਤਾ ਥੋੜਾ ਉੱਚਾ ਨੀਚੇ ਹੋ ਸਕਦਾ ਹੈ ਕਿਉਂਕਿ ਜੇਕਰ 220 ਰੁਪਏ ਕਿਲੋ ਜਿਹੜੀ ਬਰਫੀ ਆਪਾਂ ਦੱਸੀ ਹੈ ਜਾਂ 300 ਗੁਜਰ ਰੁਪਏ ਦੱਸੀ ਹੈ ਤਾਂ ਉਹਦੇ ਵੀ 25 ਰੁਪਏ ਉੱਪਰ ਥੱਲੇ ਹੋ ਸਕਦੇ ਨੇ ਜਿਹੜੀ 20 ਫੁੱਟ ਦੀ ਸਟੇਜ ਆ ਉਹਦਾ 3000 ਰੁਪਿਆ ਤੁਹਾਡੇ ਖਾਤੇ 'ਚ ਪਏਗਾ। ਜਾਨੀ ਜਿਹੜੀ ਸਟੇਜ ਤੋਂ ਉੱਪਰ ਬਿਲਕੁਲ ਜਿਹੜੀ ਸਟੇਜ ਲਾਣੇ ਆਪਾਂ ਉਹਦਾ 3000 ਰੁਪਿਆ ਪਏਗਾ। ਜਿਹੜੀ ਕੁਰਸੀ ਐ ਜੇ ਤੁਸੀਂ ਸਪੋਸ ਕਰੋ ਕੁਰਸੀਆਂ ਵੀ ਲਾ ਰਹੇ ਹੋ ਉਹ ਕੁਰਸੀ ਇਹ ਨਹੀਂ ਹੈਗੀ ਕਿ ਤੁਸੀਂ ਕਹੋ ਜੀ ਮੈਨੂੰ ਤਾਂ 2 ਰੁਪਏ ਕੁਰਸੀ ਮਿਲੀ ਐ ਜਾਂ ਤੁਸੀਂ ਆਪਣੇ ਹਿਸਾਬ ਨਾਲ ਰੇਟ ਪਾਉਂਗੇ। ਉਹ ਜਿਹੜਾ ਚੋਣਕ ਮੈਂ ਹਾਂ ਤੁਸੀਂ ਚਾਹ 50 ਰੁਪਏ ਕੁਰਸੀ ਲੈ ਲਓ ਪਰ ਉਹ ਕੁਰਸੀ 5 ਰੁਪਏ ਦੇ ਹਿਸਾਬ ਨਾਲ ਪੈਣੀ ਆ ਤੁਹਾਨੂੰ। ਠੀਕ ਐ 5 ਰੁਪਏ ਦੇ ਹਿਸਾਬ ਨਾਲ ਪੈਣੀ ਆ ਤੇ ਇੱਕ ਜਿਹੜੀ ਵਧੀਆ ਕੁਰਸੀ ਐ ਥੋੜੀ ਦੋ ਰੇਟ ਨਜ਼ਰ ਆਤ ਕੀਤੇ ਨੇ ਕੁਰਸੀਆਂ ਦੇ ਜਿਹੜੀ ਪਲਾਸਟਿਕ ਦੀ ਆਮਲੀ ਨੋਰਮਲ ਕੁਰਸੀ ਉਹਦਾ 5 ਰੁਪਏ ਪਰ ਤੇ ਜਿਹੜੀ ਥੋੜੀ ਵਧੀਆ ਕੁਰਸੀ ਉਹਦਾ 8 ਰੁਪਏ ਰੇਟ ਹੈਗਾ ਅਚਰ ਬਣ ਜੀ ਦਾ ਮਕਸਦ ਕੀ ਹੁੰਦਾ ਜਦੋਂ ਆਪ ਤੁਸੀਂ ਰੇਟ ਦੱਸ ਰਹੇ ਵੀ ਹਾਂ ਲੱਡੂਆ ਦੇਨੇ ਬਰਫੀਆਂ ਦੇਨੇ ਕਿ ਚੋਣ ਕਮਿਸ਼ਨ ਕਿਉਂ ਇਸ ਤਰ੍ਹਾਂ ਦਾ ਰੇਟ ਹੈ ਉਹ ਭੇਜਦਾ ਹੈ ਕਿ ਖਰਚਾ ਘੱਟ ਹੋ ਘੱਟ ਹੋ ਸਕੇ ਜਾਂ ਫਿਰ ਲੋਕ ਉਹ ਘੇਰ ਹੋ ਸਕਣ ਕੀ ਇਹ ਪ੍ਰੋਸੈਸ ਕੀ ਹੈ ਬਿਲਕੁਲ ਆਪਾਂ ਇਹ ਵੀ ਦੱਸੋ ਥੋੜਾ ਪਰ ਰੇਟ ਦੇ ਬਾਰੇ ਥੋੜਾ ਜਾਣ ਕੇ ਦੇ ਦਈਏ ਤੇ ਜਿਹੜਾ ਸਮੋਸਾ 25 ਰੁਪਏ ਹੂੰ ਤੇ ਜਿਹੜਾ ਸਮੋਸਾ ਹੈਗਾ ਸੌਸ ਨਾਲ 15 ਰੁਪਏ ਤੇ ਸਬਜੀ ਨਾਲ 25 ਰੁਪਏ ਅੱਛਾ ਉਹਦਾ ਜਿਹੜਾ ਰੇਟ ਨਿਰਧਾਰਤ ਕੀਤਾ ਚਾਹ ਦਾ ਕੱਪ 10 ਰੁਪਏ ਤੇ ਕੌਫੀ ਦਾ ਕੱਪ 15 ਰੁਪਏ ਕਿਉਂਕਿ ਮਾਰਕੀਟ 'ਚ ਰੇਟ ਵੈਸੇ ਇੰਨਾ ਹੀ ਆ ਹਨਾ ਤੇ ਚਲੋ ਜੇ ਆਪਾਂ ਥੋੜਾ ਜਿਆਦਾ ਜਿਆਦਾ ਕਿਸੇ ਹਾਈ ਫਾਈ ਵਧੀਆ ਹੋਟਲ ਜਾਂਦੇ ਆ ਤਾਂ ਉਹਦੇ 25 ਜਾਂ 35 ਜਾਂ 50 ਰੁਪਏ ਕੌਫੀ ਲੱਗਦੀ ਆ ਪਰ ਇਹ ਰੇਟ ਜਿਹੜਾ ਨਿਰਧਾਰਤ ਕੀਤਾ 15 ਰੁਪਏ ਕੌਫੀ ਇਹ ਨਾਰਮਲ ਰੇਟ ਹੈਗੇ ਨੇ ਜਿਹੜੇ ਆਮ ਮਿਲਦੇ ਨੇ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਜਿਹੜਾ ਨਿੰਬੂ ਦਾ ਗਲਾਸ ਜਿਹੜਾ ਨਿੰਬੂ ਦਾ ਪਾਣੀ ਤੇ ਨਿੰਬੂ ਦਾ ਪਾਣੀ 15 ਰੁਪਏ ਇਸੇ ਤਰ੍ਹਾਂ ਜਿਹੜਾ ਗਾਇਕ ਆਪਾਂ ਸਾਦੇ ਆ ਉਹਦਾ ਪ੍ਰਚਾਰ ਕਰਨ ਦੇ ਲਈ ਉਹਦਾ 50000 ਰੁਪਏ ਜਿਹੜਾ ਮਸ਼ਹੂਰ ਗਾਇਕ ਹੈਗਾ ਉਹਦਾ 2.5 ਲੱਖ ਰੁਪਏ ਪਰ ਜਿਹੜਾ ਮਸ਼ਹੂਰ ਗਾਇਕ ਦੀ ਗੱਲ ਕੀਤੀ ਤੁਸੀਂ 2.5 ਲੱਖ ਰੁਪਏ ਪੰਜਾਬ ਦੇ ਵਿੱਚ ਯਾਦ ਅ ਸ਼ੇਟਾਂ ਦੀ ਗੱਲ ਕੀਤੀ ਜਾਵੇ 2.5 ਲੱਖ ਦਾ ਗਾਇਕ ਤਾਂ ਕੋਈ ਆਂਦਾ ਵੀ ਨਹੀਂ ਜੇਕਰ ਕੀ ਆਊਗਾ 5-6 ਲੱਖ ਤੋਂ ਉੱਪਰ ਹੀ ਆਊਗਾ ਉਹ ਹੀ ਹੈ ਨਾ ਦੇਖੋ ਚੋਣ ਕਮਿਸ਼ਨ ਨੇ ਰੇਟ ਮੈਂ ਆਪੇ ਹੀ ਕਹਿ ਰਿਹਾ ਨਾ ਕਈ ਜਗ੍ਹਾ ਤੇ ਤਾਂ ਉਮੀਦਵਾਰ ਨੂੰ ਨੁਕਸਾਨ ਤੇ ਕਈ ਜਗ੍ਹਾ ਤੇ ਫਾਇਦਾ ਹੁਣ ਇਹ ਇਹ ਚੀਜ਼ ਜਿਹੜੀ ਚੀਜ਼ ਹੁਣ ਸਪੋਜ਼ ਕਰੋ ਜਿਹਦੇ ਕੋਲ ਜ਼ਿਆਦਾ ਪੈਸਾ ਉਹਨਾਂ ਨੇ ਗਰਦਾਸ ਮਾਨ ਨੂੰ ਬੁਲਾਉਣਾ ਜਾਂ ਕੋਈ ਹੋਰ ਵੱਡੇ ਜਿਹੜੇ ਕਨਵਰ ਗਰੇਵਾਲ ਨੇ ਦੱਸਦਾ 20 20 15-15 ਲੱਖ ਰੁਪਏ ਲੈ ਰਹੇ ਹਨਾ ਪਰ ਚੋਣ ਕਮਿਸ਼ਨ ਤੋਂ ਤੁਹਾਡੇ ਨੂੰ 2.5 ਲੱਖ ਰੁਪਏ ਲੈਣ ਤੁਹਾਡੇ ਖਾਤੇ 'ਚ ਪੈਣਾ ਕਿ ਚਾਹ ਤੁਸੀਂ ਉਹਨਾਂ ਨੂੰ 10 ਲੱਖ ਦੋ ਹਾਂ ਚੋਣ ਕਿਉਂਕਿ ਚੋਣ ਕਮਿਸ਼ਨ ਰੇਟ ਨਰਜ਼ਰਤ ਕਰਦਾ ਨਾ ਇਹਦਾ ਤੇ ਹੁਣ ਜਿਹੜੀ ਮੰਨ ਲਓ ਆਪਾਂ ਪਿੱਛੇ ਗੱਲ ਕਰ ਗਏ ਹੁਣ ਕੋਫੀ ਜਿਹੜੇ ਆਪਣਾ ਸਮੋਸਾ ਉਹ ਮੰਨ ਲਓ 25 ਰੁਪਏ ਦਾ ਸਬਜੀ ਦੇ ਨਾਲ ਹਨਾ ਦੂਜਾ ਰੇਟ ਉਹਦਾ ਥੋੜਾ ਇਹੀ ਲੱਗਣਾ ਕਿਉਂਕਿ ਉਹਨੇ ਸਮੋਸੇ ਦੀ ਰੇਟ ਦਰਹਾਤ ਕੀਤਾ ਤੇ ਚ ਕੋਈ ਉਹ ਨਹੀਂ ਲਿਖਿਆ ਵੀ ਕਿਹੜਾ ਜਾਂ ਕਿੰਨਾ ਹੈਗਾ ਉਸ ਤੋਂ ਬਾਅਦ ਫੁੱਲਾਂ ਦਾ ਹਾਰ ਜਿਹੜਾ 25 ਤੋਂ 40 ਰੁਪਏ ਜਿਹੜਾ ਆਪਾਂ ਉਮੀਦਵਾਰ ਦੇ ਪਾਣੇ ਉਮੀਦਵਾਰ ਦੇ ਗੱਲ ਫੁੱਲਾਂ ਦਾ ਹਾਰ ਜਿਹੜਾ ਫੁੱਲ ਕੋਈ ਵੀ ਹੋ ਸਕਦੇ ਨੇ ਉਹ ਚ ਕਿਉਂਕਿ ਜਿਹੜੇ 25 ਤੋਂ 40 ਰੁਪਏ ਦਾ ਮਤਲਬ ਇਹ ਹੀ ਆ ਵੀ ਜੇ ਤੁਸੀਂ ਗੁਲਾਬ ਦੇ ਫੁੱਲਾਂ ਦਾ ਕਰ ਦੋਗੇ ਤਾਂ ਉਹ ਥੋੜਾ ਵਧੀਆ ਹੁੰਦਾ 40 ਰੁਪਏ ਜੇ ਆਮ ਗੇਂਦੇ ਦੇ ਨਾਰਮਲ ਫੁੱਲਾਂ ਦਾ ਰੇਟ ਆ ਉਹਦਾ ਰੇਟ ਤਾਂ 25 ਰੁਪਏ ਜਦੋਂ ਕਿ ਮਾਰਕੀਟ ਰੇਟ ਦੇ ਵਿੱਚ 10 ਰੁਪਏ ਦਾ ਹਾਰ ਮਿਲ ਜਿਹੜੇ ਗੁਲਦਸਤਾ ਦਿੰਨੇ ਆ ਤੇ ਮਾਰਕੀਟ ਹੀ ਗੁਲਦਸਤਾ ਜਿਹੜਾ ਵਧੀਆ ਉਹ ਘੱਟੋ ਘੱਟ 4 ਤੋਂ 500 ਰੁਪਏ ਜਾਂ ਆਪਾਂ ਦੇਖਦੇ ਬੁੱਕਾ ਜਿਹੜਾ ਮਿਲਦਾ ਪਰ ਫਿਰ ਵੀ ਇਹਦਾ ਰੇਟ ਜਿਹੜਾ 120 ਰੁਪਏ ਨਿਰਧਾਰਤ ਕੀਤਾ ਪਾਣੀ ਦੀ ਬੋਤਲ 20 ਰੁਪਏ ਉਹ ਵੈਸੇ ਵੀ 20 ਰੁਪਏ ਰੇਟ ਆਪਾਂ ਜਿੱਥੇ ਵੀ ਜਾਂਦੇ ਆ ਉਹ ਨੌਰੋਂ 20 ਰੁਪਏ ਰੇਟ ਆ ਇਸੇ ਤਰ੍ਹਾਂ ਜਿਹੜਾ ਐਂਪਲੀਫਾਇਰ ਮਾਈਕ੍ਰੋਫੋਨ ਤੇ ਲਾਊਡ ਸਪੀਕਰ ਦਾ ਕਰਾਇਆ ਜਿਹੜਾ 500 ਰੁਪਏ ਪ੍ਰਤੀ ਦਿਨ ਪ੍ਰਤੀ ਦਿਨ ਦੇ حساب ਨਾਲ ਜਿਹੜਾ ਜਿੱਥੇ ਚੌਣ ਪ੍ਰਚਾਰ ਕਰਨਾ ਹੈ ਮਾਈਕਲ ਲਾਉਣੇ ਆਪਾਂ ਬਿਲਕੁਲ ਤੇ ਜਿਹੜਾ ਬੇਫ ਜਨਰੇਟਰ ਦਾ ਖਰਚਾ 25000 ਰੁਪਏ ਪ੍ਰਤੀ ਦਿਨ ਜਿਹੜਾ ਵੱਡਾ ਜਨਰੇਟਰ ਹੈਗਾ ਉਹਦਾ 25000 ਰੁਪਏ ਪਰ ਡੇ ਦੇ ਹਿਸਾਬ ਨਾਲ ਆ ਤੇ ਉਸ ਤਰ੍ਹਾਂ ਜਿਹੜਾ ਸ਼ਹਿਰ ਵਿੱਚ ਚੋਣ ਦਫ਼ਤਰ ਲਈ 11000 ਰੁਪਏ ਜੇ ਪਿੰਡੋ ਇਲਾਕੇ ਵਿੱਚ ਚੋਣ ਦਫ਼ਤਰ ਆਪਾਂ ਖੋਲਦੇ ਆ ਤਾਂ ਉਹਦਾ 5500 ਰੁਪਏ ਜਿਹੜਾ ਹੈਗਾ ਰੇਟ ਤਾਂ ਤੈਹ ਕੀਤਾ ਗਿਆ ਕਰਾਇਆ। ਕਿ ਸ਼ਹਿਰ 'ਚ ਖਰਚਾ ਵੀ ਬਜਾਦਤ ਪੈਂਦਾ। ਉਹ ਕਹਿੰਦਾ ਨਾ ਅਮਰਜੀਤ ਦੇਖੋ ਜੇ ਆਪਾਂ ਜੋ ਪਿੰਡਾਂ 'ਚ ਕਰਾਇਆ ਲੈਨੇ ਆ ਨਾ ਕੋਈ ਵੀ ਦਫਤਰ ਉਹ ਫਿਰ ਸਸਤਾ ਮਿਲਦਾ ਸ਼ਹਿਰ 'ਚ ਮਹਿੰਗਾ ਮਿਲਦਾ। ਮੰਨ ਲਓ ਸ਼ਹਿਰ 'ਚ ਆਪਾਂ ਇੱਕ ਦੁਕਾਨ ਵੀ ਲੈ ਲਈ ਤਾਂ ਵੀ 10000 ਤੋਂ ਘੱਟ ਨਹੀਂ ਮਿਲਦੀ ਆਪਾਂ ਨੂੰ। ਤੇ ਪਿੰਡਾਂ 'ਚ ਰੇਟ ਕਿੰਨਾ ਹੁੰਦਾ ਦੁਕਾਨ ਦਾ? 2000 1500 2000 1500 ਜਿਹੜੀ ਉਹ ਮਿਲ ਜਾਂਦੀ ਆ। ਤੇ ਇਸੇ ਤਰ੍ਹਾਂ ਜਿਹੜਾ ਹਵਾ ਲੈਣ ਲਈ ਲੱਗਣਾ ਛੱਤ ਵਾਲਾ ਪੱਖਾ ਉਹਦਾ 175 ਰੁਪਏ ਪ੍ਰਤੀ ਦਿਨ। ਜਿਹੜਾ ਹਵਾ ਚ ਜਿਹੜਾ ਪੱਖਾ ਨੋਰਮਲ ਆਪਾਂ ਪੱਖਾ ਲਾਨੇ ਘਰਾਂ ਚ ਤੇ ਉਸੇ ਤਰ੍ਹਾਂ ਜਿਹੜਾ ਕੂਲਰ ਚਲਾਉਣ ਲਈ 600 ਰੁਪਏ ਪ੍ਰਤੀ ਦਿਨ ਖਰਚਾ ਜਿਹੜਾ ਹੈਗਾ ਇਸੇ ਤਰ੍ਹਾਂ LED ਲਾਉਣੇ ਆਪਾਂ ਉਹਦਾ 7500 ਰੁਪਏ ਤੇ ਜਿਹੜਾ ਰਿਕਸ਼ਾ ਉਹਦੇ ਲਈ 450 ਰੁਪਏ 3 ਵੀਲਰ 600 ਰੁਪਏ ਤੇ ਇਸੇ ਤਰ੍ਹਾਂ ਜਿਹੜੇ ਅਲੱਗ-ਅਲੱਗ ਹੋਰ ਜਿਹੜੇ ਰੇਟ ਨੇ ਉਹ ਨਿਰਧਾਰਿਤ ਕੀਤੇ ਗਏ ਅਜਰਬਾਲ ਜੀ ਬਿਲਕੁਲ ਰੇਟ ਤੁਸੀਂ ਦੱਸ ਚੁੱਕੇ ਹੋ ਮੇਰਾ ਸਵਾਲ ਪਹਿਲਾਂ ਵੀ ਆਪਾਂ ਪੁੱਛਿਆ ਗਿਆ ਕਿ ਇਹ ਚੋਣ ਕਮਿਸ਼ਨ ਵੱਲੋਂ ਕਿਉਂ ਰੇਟ ਨਿਰਧਾਰਿਤ ਕੀਤੇ ਜਾ ਰਹੇ ਨੇ ਕੀ ਤੁਹਾਨੂੰ ਲੱਗਦਾ ਕਿ ਕਿ ਪਹਿਲਾਂ ਵਕਸਰ ਚੋਣਾ ਹੁੰਦੀ ਸੀ ਤਾਂ ਖੁੱਲਾ ਖਰਚਾ ਕੀਤਾ ਜਾਂਦਾ ਸੀ ਜਲੇਬੀਆਂ ਵੰਡੀਆਂ ਜਾਂਦੀਆਂ ਸੀ ਚੰਗੇ ਢੋਲ ਢਮਾਕੇ ਹੁੰਦੇ ਸੀ ਖਰਚਾ ਖੁੱਲਾ ਕੀਤਾ ਜਾਂਦਾ ਸੀ ਕਿ ਇਸ ਵਾਰ ਚੋਣ ਕਮਿਸ਼ਨ ਵੱਲੋਂ ਕਿਉਂ ਇਦਾਂ ਕੀਤਾ ਜਾ ਰਿਹਾ ਹੈ ਕਿ ਨਾਂਵੇਂ ਇੱਕ ਰੇਟ ਨੇ ਅਧਾਰਿਤ ਕੀਤਾ ਗਿਆ ਹੈ ਖਾਣੇ ਦਾ ਵੀ ਰੇਟ ਨੇ ਅਧਾਰਿਤ ਹੈ ਤੇ ਪੈਸਿਆਂ ਦਾ ਵੀ ਰੇਟ ਨੇ ਅਧਾਰਿਤ ਹੈ ਵੀ ਉਮੀਦਵਾਰ ਜਿਹੜਾ ਇੰਨੇ ਪੈਸੇ ਜਿਹੜਾ ਖਰਚ ਕਰ ਸਕਦਾ ਇਹਦਾ ਮਕਸਦ ਕੀ ਹੈ ਇਹ ਇਹਦੇ ਵਿੱਚ ਨਾ ਦੇਖੋ ਇਹਦੇ ਵਿੱਚ ਇੱਥੋਂ ਤੱਕ ਕਿ ਜੇ ਆਪਾਂ ਮੰਨ ਲਓ ਕਿਤੇ ਕਿਸੇ ਨੇ ਆਪਣੇ ਵਧੀਆ ਖਾਣਾ ਜਿਹੜਾ ਖਵਾਉਣਾ ਆਪਾਂ ਨੇ ਉਹਦਾ ਵੀ ਰੇਟ ਨਿਰਧਾਰਤ ਆ ਰੋਟੀ ਦਾ ਵੀ ਨਿਰਧਾਰਤ ਆ ਇਹਦੇ ਵਿੱਚ ਸਬਜ਼ੀਆਂ ਦਾ ਤੇ ਉਸ ਤੋਂ ਇਲਾਵਾ ਜੇਕਰ ਆਪਾਂ ਕਰੇ ਚਿਕਨ ਦਾ ਰੇਟ ਹੈਗਾ ਜਿਹੜਾ ਉਹ ਸਾਰੇ ਰੇਟ ਜਿਹੜੇ ਹੈਗੇ ਨੇ ਤਾਂ ਉਹ ਰੇਟ ਅਮਰਜੀਤ ਇਸ ਕਰਕੇ ਤੈਅ ਕੀਤੇ ਗਏ ਨੇ ਕਿ 95 ਲੱਖ ਤੋਂ ਵੱਧ ਜਿਹੜਾ ਖਰਚਾ ਤਾਂ ਕਰਕੇ ਆਪਣਾ ਨਾ ਹੋ ਸਕੇ ਹੁਣ ਆਪਾਂ ਇੱਕ ਉਮੀਦਵਾਰ ਹੈਗਾ ਉਹਦੇ ਕੋਲ ਕਰੋੜਾਂ ਰੁਪਈਆ ਹੈ ਨਾ ਵੱਡਾ ਮੰਨ ਲਓ ਬਿਜ਼ਨਸਮੈਨ ਆ ਜਾਂ ਕੋਈ ਹੋਰ ਆ ਚੰਗਾ ਪੈਸਾ ਹੈਗਾ ਉਹਨਰੇ ਕੋਲ ਉਹ ਉਹ ਹੋ ਸਕਦਾ 2 ਕਰੋੜ ਰੁਪਇਆ ਵੀ ਲਾ ਦੇ ਤਾਂ ਉਹਨੇ ਕੀ ਕਰਨਾ ਹੈ ਕਿ ਜੇ ਤੁਸੀਂ ਇੱਕ ਵਧੀਆ ਥਾਲੀ ਜਿਹੜੀ 500 ਰੁਪਏ ਵਾਲੀ ਆਕਰ ਜੇ ਤੁਸੀਂ ਉਹ ਖਵਾ ਰਹੇ ਹੋ ਲੋਕਾਂ ਨੂੰ ਤੇ ਬਾਅਦ ਵਿੱਚ ਤੁਸੀਂ ਜਾ ਕੇ ਖਰਚਾ ਉਹਦਾ ਪਾ ਦਿਓ ਜਿਵੇਂ ਮੈਂ ਤਾਂ 50 ਰੁਪਏ ਥਾਲੀ ਦਿੰਦੀ ਹਾਂ ਹਾਂ ਹੈਨਾ ਫਿਰ ਉਹਦਾ ਕੀ ਫਰਕ ਹੁੰਦਾ ਹੈ ਕਿ ਜਿਹੜਾ ਦੂਜਾ ਉਮੀਦਵਾਰ ਹੈਗਾ ਨਾਲ ਵਾਲਾ ਜਿਹੜਾ ਦੂਜੀਆਂ ਪਾਰਟੀਆਂ ਦਾ ਉਮੀਦਵਾਰ ਗਰੀਬ ਪਾਰਟੀ ਹੈ ਜਿਹੜੀਆਂ ਛੋਟੀਆਂ ਪਾਰਟੀਆਂ ਦੇ ਉਮੀਦਵਾਰ ਨੇ ਫਿਰ ਉਹਨਾਂ ਤੇ ਉਸੇ ਦਾ ਅਸਰ ਪੈਂਦਾ ਇਸ ਚੀਜ਼ ਦਾ ਕਿਉਂਕਿ ਲੋਕਾਂ ਦੀ ਇੱਕ ਖਿੱਚ ਬਣ ਜਾਂਦੀ ਹੈ ਵੀ ਯਾਰ ਜਿਹੜਾ ਜਿਹੜਾ ਉਹ ਉਮੀਦਵਾਰ ਖ ਤੇ ਉਹਦੇ ਕੋਲ ਪੈਸਾ ਵੀ ਜ਼ਿਆਦਾ ਹੈਗਾ ਤੇ ਉਹ ਲੋਕਾਂ ਨੂੰ ਥੋੜਾ ਜਿਹਾ ਆਪਣੇ ਕਿੰਨੇ ਖਿੱਚ ਕਰਨ ਪਾਉਣ ਦੇ ਲਈ ਤੇ ਖਰਚਾ ਵਧਿਆ ਕਰ ਰਿਹਾ ਇਸ ਕਰਕੇ ਲੋਕਾਂ ਦੀ ਅੱਖਿੱਚ ਬਣ ਜਾਂਦੀ ਆ ਉਹਨਾਂ ਵੱਲ ਤਾਂ ਕਿ ਇਹ ਜਿਹੜਾ ਚੋਣ ਕਮਿਸ਼ਨ ਇਸ ਕਰਕੇ ਕੀਤਾ ਹੈ ਕਿ ਜਿਹੜੇ ਸਾਰੇ ਉਮੀਦਵਾਰ ਨੇ ਉਹ ਬਰਾਬਰ ਦਾ ਖਰਚਾ ਕਰ ਸਕਣ ਤੇ ਡਰ ਵੀ ਹੈਗਾ ਆਪਾਂ ਜਿਹੜੇ ਦੇਖਦੇ ਹਾਂ ਉਹਨਾਂ ਤੇ ਕੋਈ ਡਰ ਵੀ ਹੁੰਦਾ ਜਦੋਂ ਉਮੀਦਵਾਰ ਦੇ ਵਿੱਚ ਆਪਾਂ ਕਹਿੰਦੇ ਨਹੀਂ ਯਾਰ ਕਹਿੰਦਾ ਇੰਨਾ ਪੈਸਾ ਨਹੀਂ ਲਾਣਾ ਹੈਗਾ ਯਾਰ ਆਪਣੇ ਖਾਤੇ ਦੇ ਖਰਚੇ ਪੈ ਜਾਏਗਾ ਪਹਿਲਾਂ ਕੀ ਹੁੰਦਾ ਸੀਗਾ ਪਹਿਲਾਂ ਜਿਹੜੇ ਆਪਾਂ ਉਮੀਦਵਾਰ ਕੀ ਆ ਫਲੈਕਸਾਂ ਵੱਡੀਆਂ ਵੱਡੀਆਂ ਬਣੇ ਵੱਡੇ ਪੋਸਟਰ ਜਿਹੜੇ ਲੱਗੇ ਜਿਹੜਾ ਉਹ ਵੀ ਨਿਰਧਾਰਤ ਹੈ ਵੀ ਕਿੰਨੇ ਬਾਈ ਕਿੰਨੇ ਦੀ ਕਿੰਨੇ ਦੀ ਪਾਉਗੀ ਫਿਰ ਉਹ ਪਰਮਿਸ਼ਨ ਵੀ ਲੈਣੀ ਪਊਗੀ ਵਸੇ ਇੱਕ ਚੰਗੀ ਗੱਲ ਵੀ ਹੈ ਕਿਉਂਕਿ ਜੇਕਰ ਇਨਾ ਪੈਸਾ ਆਪਾਂ ਇੱਕ ਫਾਲਤੂ ਕੰਮ ਦੇ ਉੱਪਰ ਲਾਈਏ ਜੇਕਰ ਕਿਸੇ ਉਮੀਦਵਾਰ ਨੇ ਜਾਂ ਕੋਈ ਖੜਾ ਹੈ ਇਲੈਕਸ਼ਨ ਦੇ ਵਿੱਚ ਖੜਾ ਹੈ ਜੇਕਰ ਉਹਨੇ ਚੰਗਾ ਕੰਮ ਕੀਤਾ ਹੈ ਲੋਕਾਂ ਦੇ ਵਿੱਚ ਵਿਚਰਿਆ ਹੈ ਤਾਂ ਲੋਕਾਂ ਦੀ ਚੰਗੀ ਛਵੀ ਹੈ ਤੁਹਾਨੂੰ ਇਹ ਜਿਆ ਸੋਸ਼ਲ ਬਾਜੀ ਕਰਨ ਦੀ ਲੋੜ ਨਹੀਂ ਹੈਗੀ ਮੇਰੇ ਸਾਬ ਨਾਲ ਤਾਂ ਹਾਂ ਨਹੀਂ ਉਹ ਤਾਂ ਠੀਕ ਹੈ ਗੱਲ ਪਰ ਫਿਰ ਵੀ ਦੇਖੋ ਚੋਣ ਕਮਿਸ਼ਨ ਆਪਣਾ ਕੰਮ ਪੂਰਾ ਕਰ ਰਿਹਾ ਤੁਹਾਨੂੰ ਲੋੜ ਹੈ ਜ਼ਰੂਰਤ ਹੈ ਜਾਂ ਨਹੀਂ ਹੈਗੀ ਹੈ ਪਰ ਕਿਤੇ ਨਾ ਕਿਤੇ ਚੋਣ ਕਮਿਸ਼ਨ ਤਾਂ ਆਪਣਾ ਕੰਮ ਪੂਰਾ ਚਾਹ ਮੰਦਰ ਹੈ ਚਾਹ ਗੁਰਦੁਆਰਾ ਧਾਰਮਿਕ ਹੈਗੇ ਆ ਜਾਂ ਉਸ ਤੇ ਚਾਹ ਕੋਈ ਵੀ ਸਰਕਾਰੀ ਦਫਤਰ ਹੈਗਾ ਤੁਸੀਂ ਉਹਦੇ ਕੰਧ ਤੇ ਪੋਸਟਰ ਲਾ ਸਕਦੇ ਜਿੱਥੇ ਜੋ ਕੰਧ ਤੇ ਪੋਸਟਰ ਲਾਉਂਗਾ ਤੁਹਾਡੇ ਤਾਂ ਵੀ ਪਰਚਾ ਹੋ ਜਾਣਾ ਪਹਿਲਾਂ ਤਾਂ ਪਹਿਲਾਂ ਅਹੀਂ ਹੁੰਦਾ ਸੀ ਵੀ ਆ ਪੋਸਟਰ ਲੈ ਲੇ ਲੇਪੀ ਲਾਈ ਆਪਣਾ ਚੱਲ ਹਰ ਇੱਕ ਜਗ੍ਹਾ ਤੇ ਹਰ ਕੰਧ ਜਿੱਨੇ ਸਾਰੀਆਂ ਭਰੀਆਂ ਹੁੰਦੀਆਂ ਸੀ ਉਹ ਤੇ ਆਪਾਂ ਕਿਤੇ ਦੇਖਿਆ ਕਿਤੇ ਲੈਕਚਰ ਸ਼ੁਰੂ ਹੋ ਗਿਆ ਕਿਤੇ ਪੋਸਟਰ ਫਲੈਕਸ ਕਿਤੇ ਨਹੀਂ ਦੇਖੀ ਹੈਗੀ ਹਣਾ ਕਿਉਂਕਿ ਹੁਣ ਲਾਉਂਗਾ ਸਾਰੇ ਖਰਚੇ ਚ ਪੈ ਜਾਣੀਆਂ ਔਰ ਖਰਚੇ ਤਾਂ ਪੈਣੀਆਂ ਜੇ ਤੁਸੀਂ ਧਾਰਮਿਕ ਜਾਂ ਸਰਕਾਰੀ ਜਗ੍ਹਾ ਤੇ ਲਾ ਦੋਗੇ ਉਹਦਾ ਉਹਦਾ ਖਰਚੇ ਚ ਪੈਣੀ ਉਹ ਨਹੀਂ ਉਹ ਫਿਰ ਇੱਕ ਹੋਰ ਹੈ ਜੇ ਤੁਸੀਂ ਕਹੋਗੇ ਵੀ ਕੈਂਡੀਡੇਟ ਕਹੇਗੀ ਮੈਨੂੰ ਤਾਂ ਪਤਾ ਨਹੀਂਗਾ ਉਹ ਜਦੋਂ ਉਹਦੇ ਉੱਪਰ ਪ੍ਰਿੰਟਿੰਗ ਪ੍ਰੈਸ ਦਾ ਨਾਮ ਲਿਖਿਆ ਹੋਇਆ ਹੁਣ ਚੋਣ ਕਮਿਸ਼ਨ ਇਹ ਵੀ ਨਿਰਧਾਰਤ ਕਰਦਾ ਕਿ ਜਿੱਥੋਂ ਛਪਾਉਣੀ ਹੈ ਉਸ ਪ੍ਰਿੰਟਿੰਗ ਪ੍ਰੈਸ ਦੀ ਲਾਈਨ ਨਾਲ ਲਿਖੀ ਹੋਣੀ ਹੈ ਥੋੜਾ ਜਿਹਾ ਲਿਖਿਆ ਹੁੰਦਾ ਬਿਲਕੁਲ ਡੇਟ ਨੇ ਵੀ ਕਿਹੜੀ ਪ੍ਰਿੰਟਿੰਗ ਤੋਂ ਛਪੀ ਫਲਾਣਾ ਪ੍ਰਿੰਟਿੰਗ ਪ੍ਰੈਸ ਫਲਾਣਾ ਤੇ ਜਦੋਂ ਤੁਸੀਂ ਉਮੀਦਵਾਰ ਕਹੇਗਾ ਜੀ ਮੈਂ ਤਾਂ ਲਾਇਆ ਨਹੀਂ ਜਾਂ ਮੇਰਾ ਤਾਂ ਪੋਸਟਰ ਨਹੀਂ ਹੈ ਨੀਗਾ ਤਾਂ ਫਿਰ ਉਹਦੀ ਪੁੱਛਗੇ ਛੋਤੇ ਹੋਏਗੀ ਇਹ ਵੀ ਇਹ ਕਿਤੇ ਛਕੀਨੇ ਛਪਾਇਆ ਕਦੋਂ ਛਪਿਆ ਕਿੰਨੇ ਛਪੇ ਨੇ ਕਿਹੜੀ ਪ੍ਰਿੰਟਿੰ ਤੁਹਾਡੇ ਘਰ ਦੇ ਉੱਪਰ ਵੀ ਤੁਹਾਡੇ ਤੋਂ ਬਿਨਾ ਪੁੱਛੇ ਤੁਹਾਡੀ ਬਿਨਾ ਕੰਸੈਂਟ ਤੋਂ ਉਹਦੇ ਉੱਪਰ ਕੋਈ ਪੋਸਟਰ ਜਾਂ ਨਹੀਂ ਲਾ ਸਕਦਾ ਬਕਾਇਦਾ ਉਹਦੇ ਤੋਂ ਪਰਮਿਸ਼ਨ ਲੈਣੀ ਪਵੇਗੀ ਤਾਂ ਤੁਹਾਨੂੰ ਲਿਖ ਕੇ ਦੇਣਾ ਪਏਗਾ ਵੀ ਅਗਰ ਜੇ ਇਹ ਕੈਂਡੀਡੇਟ ਮੇਰੇ ਕੰਦੇ ਉੱਪਰ ਪੋਸਟਰ ਫਲੈਕਸ ਜਾਂ ਕੋਈ ਵੀ ਬੋਰਡ ਲਾ ਦੇ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਤੁਹਾਡਾ ਸਵੈ ਕੁਝਨ ਨਾਲ ਲੱਗੇਗਾ ਅਗਰ ਤੁਹਾਡਾ ਸਵੈ ਕੁਝਨ ਨਾਲ ਨਹੀਂ ਲੱਗਿਆ ਤਾਂ ਵੀ ਉਹਦੇ ਉੱਪਰ ਜਿਹੜੀ ਹੈਗੀ ਉਹ ਜੁਰਮਾਨਾ ਲੱਗੇਗਾ ਤੁਹਾਨੂੰ ਹੈਨਾ ਇਹ ਜਿਹੜੀਆਂ ਦੇਖੋ ਕਾਫੀ ਕੁਝ ਚੀਜ਼ਾਂ ਹੈਗੇ ਨੇ ਜਿਹੜੀਆਂ ਬਹੁਤ ਵੱਡੇ ਜਿਹੜੇ ਕੰਮ ਹੈਗੇ ਨੇ ਚੋਣ ਕਮਿਸ਼ਨ ਦੇ ਲੋਕਾਂ ਲਈ ਵਧੀਆ ਨੇ ਹਨਾ ਚੰਗੀ ਗੱਲ ਆ ਇਹ ਜਿਹੜੇ ਹੋਣੇ ਚਾਹੀਦੇ ਸੀ ਇਹ ਹੋਣੇ ਚਾਹੀਦੇ ਸੀ ਕਿਉਂਕਿ ਪਹਿਲਾਂ ਲੜਾਈਆਂ ਬੜੀਆਂ ਹੁੰਦੀਆਂ ਸੀ ਇਹਨਾਂ ਚੀਜ਼ਾਂ ਕਰਕੇ ਇੱਕ ਪੋਸਟਰ ਰਾਤ ਨੂੰ ਲੱਗ ਗਿਆ ਦੂਜੇ ਦਿਨ ਉਹਦੇ ਉੱਪਰ ਲੱਗ ਗਿਆ ਸਾਂਭ ਉੱਤੀ ਜਾ ਉਹਦੇ ਉੱਪਰ ਲੱਗ ਗਿਆ ਕਈ ਵਾਰ ਆਪਾਂ ਦੇਖਿਆ ਖਬਰਾਂ ਵੀ ਆਉਂਦੇ ਸੀ ਜਦੋਂ ਪੋਸਟਰ ਲੱਗਦੇ ਸੀ ਨਾ ਤਾਂ ਦੂਜੇ ਉੱਪਰ ਲਾ ਜਾਂਦਾ ਤਾਂ ਲੜਾਈਆਂ ਝਗੜੇ ਬਹੁਤ ਹੁੰਦੇ ਸੀ ਯਾਰ ਉਹ ਮੇਰੇ ਪੋਸਟਰ ਦੇ ਉੱਪਰ ਪੋਸਟਰ ਲੱਗ ਗਿਆ ਹਾਂ ਬਿਲਕੁਲ ਬੜੇ ਮਾਮਲੇ ਆ ਕਈ ਵ ਪਹਿਲੀ ਗੱਲ ਦਾ ਸਰਕਾਰੀ ਤੇ ਧਾਰਮਿਕ ਸਥਾਨੋਂ ਦੂਰੀ ਰੱਖੋ ਔਰ ਦੂਜੀ ਗੱਲ ਧਾਰਮਿਕ ਸਥਾਨ ਸਰਕਾਰੀ ਜਗ੍ਹਾ ਦੇ ਵਿੱਚ ਆਪਾਂ ਚੋਣ ਪ੍ਰਚਾਰ ਨਹੀਂ ਕਰ ਸਕਦੇ ਪਹਿਲਾਂ ਲੋਕ ਗੁਰਦੁਆਰਾ ਸਾਹਿਬ ਦੇ ਅੰਦਰ ਲੈਣੀਆਂ ਮੀਟਿੰਗਾਂ ਕਰਨੇ ਸ਼ੁਰੂ ਕਰ ਦਿੰਦੇ ਜੋ ਕਿਉਂਕਿ ਇਹ ਦੇਖੋ ਪਿੰਡ ਪਿੰਡਾਂ ਪੁੰਡਾਂ ਦੇ ਵਿੱਚ ਆਪਾਂ ਕਈ ਵਾਰ ਸ਼ਹਿਰਾਂ ਜਿਹੀ ਦੇਖਿਆ ਸੀ ਵੀ ਹੋਰ ਤਾਂ ਕਿਤੇ ਜਗ੍ਹਾ ਹੁੰਦੀ ਨਹੀਂ ਸੀ ਜਾਂ ਤਾਂ ਕੋਈ ਧਰਮਸ਼ਾਲਾ ਹੁੰਦੀ ਸੀ ਜਾਂ ਨਾਲ ਗੁਰਦੁਆਰਾ ਸਾਹਿਬ ਜਾਂ ਮੰਦਰ ਹੁੰਦਾ ਸੀਗਾ ਉਹ ਕਹਿੰਦਾ ਯਾਰ ਇੱਥੇ 300 ਬੰਦੇ ਦੀਆਂ 200 ਬੰਦੀ ਜਗ੍ਹਾ ਪਾ ਇੱਥੇ ਰੱਖ ਲੈਣੇ ਹਨਾ ਪਿੰਡਾਂ ਚ ਅਲੋਸਮੈਂਟ ਹੋ ਜਾਂਦੀ ਨਹੀਂ ਆ ਸਾਡੇ ਉਮੀਦਵਾਰ ਆ ਰਿਹਾ ਸਾਰੇ ਪਿੰਡ ਵਾਲੇ ਇਕੱਠੇ ਹੋ ਜੋ ਉਹ ਪਾਠੀ ਅਲੋਸਮੈਂਟ ਕਰਦਾ ਸੀ ਬਿਲਕੁਲ ਬਿਲਕੁਲ ਹੁਣ ਤਾਂ ਉਹ ਵੀ ਨਹੀਂ ਕਰਵਾ ਸਕਦੇ ਹਨਾ ਹੁਣ ਤਾਂ ਉਹ ਵੀ ਸਾਰਾ ਕੁਝ ਬੰਦਾ ਦੇ ਕੋਈ ਇੱਕ ਚੰਗਾ ਮੈਸੇਜ ਹੈਗਾ ਲੋਕਾਂ ਲਈ ਜੇ ਕਿ ਚੰਗੀ ਗੱਲ ਹੈ ਇਹ ਚੰਗਾ ਹੋਣਾ ਵੀ ਚਾਹੀਦਾ ਹਰ ਤੇ ਲੋੜ ਹੈਗੀ ਥੋੜੀ ਜਿਹੀ ਸਿਕਤਾਈ ਇਸ ਤੋਂ ਹੋਰ ਵਧਾਉਣ ਦੀ ਵੈਸੇ ਤਾਂ ਬਹੁਤ ਜ਼ਿਆਦਾ ਹੈਗਾ ਕਿਉਂਕਿ ਦੇਖੋ ਜਿੰਨੀ ਤੁਸੀਂ ਸਿਕਤਾਈ ਵਧਾਉ ਰਹੇ ਹੋ ਉਹਦੇ ਲਈ ਤੁਹਾਨੂੰ ਪ੍ਰਬੰਧ ਵੀ ਉਹਨੇ ਚਾਹੀਦੇ ਨੇ ਤੇ ਪੈਸਾ ਵੀ ਉਹਨਾ ਹੀ ਚਾਹੀਦਾ ਬਜਟ ਵੀ ਉਹਨਾ ਹੀ ਚਾਹੀਦਾ ਤੁਹਾਨੂੰ ਇਹ ਸਾਰੇ ਕਾਸੇ ਨੂੰ ਜਿਹੜਾ ਹੈਗਾ ਬਜਟ ਜਿਹੜਾ ਵਧਦੇ ਜਾ ਰਹੇ ਨੇ ਉਹ ਇਸੇ ਕਰਕੇ ਹੀ ਆ ਕਿ ਕਿੰਨੇ ਦਿਨ ਤੋਂ অবজারভার ਫਿਰ ਰਹੇ ਆ ਉਹਨਾਂ ਦੇ ਪੈਸੇ ਆ ਕੈਮਰਾਮੈਨ ਫਿਰਦੇ ਨਾਲ ਕੈਮਰੇ ਲੱਗੇ ਨੇ ਅਸਲ ਵਿੱਚ ਜਿਹੜੀ ਰਿਪੋਰਟ ਹੁੰਦੀ ਹੈ ਇੱਕ ਕائم ਕਹਿੰਦੇ ਕੈਮਰੇ ਦੇ ਨਾਲ ਵੀ ਰਿਕਾਰਡ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਜਿਹੜੀ ਰਿਪੋਰਟ ਆ ਉਹ ਚੋਲ ਕਮਿਸ਼ਨ ਕੋਲ ਜਾਂਦੀ ਹੈ ਕਿ ਵਾਕਈ ਕੈਮਰੇ ਦੀ ਰੱਖ ਵੀ ਰੱਖੀ ਜਾਂਦੀ ਹੈ ਬਿਲਕੁਲ ਬਿਲਕੁਲ ਉਹ ਜਿਹੜੇ ਆਪਾਂ ਦੇਖ ਰਹੇ ਆ ਨਾ ਉਹਨਾਂ ਆਪਾਂ ਤੁਸੀਂ ਜਦੋਂ ਦਿੱਲੀ ਜਾਂਦੇ ਹੋ ਰੋਡ ਤੇ ਆਪਾਂ ਦੇਖਦੇ ਆ ਇੱਕੋ ਗੱਡੀਆਂ ਫਿਰ ਰਹੀਆਂ ਨੇ ਉਹਦੇ ਉੱਪਰ ਕੈਮਰੇ ਲੱਗੇ ਹੋਏ ਨੇ ਹਨਾ ਸੀਸੀਟੀਵੀ ਕੈਮਰੇ ਗੱਡੀ ਦੇ ਉੱਪਰ ਤੇ ਉਹਦੇ ਅੰਦਰ ਇੱਕ অবজারভার ਹੋਏਗਾ ਇੱਕ ਕੈਮਰਾਮੈਨ ਬੈਠਾ ਹੋਏਗਾ ਨਾਲ ਤੇ ਇੱਕ ਸਬੰ ਤੇ ਜਿਹੜਾ ਉਹਦਾ ਲਿੰਕ ਹੈ ਕੈਮਰੇ ਦਾ ਉਹ ਸਿੱਧਾ ਚੋਣ ਕਮਿਸ਼ਨ ਦੀ ਵੈਬਸਾਈਟ ਨਾਲ ਹੈ ਅੱਛਾ ਯਾਨੀ ਕਿ ਆਪਾਂ ਕਹਿੰਦਾ ਰੋਡ ਦੇ ਉੱਪਰ ਜੇਕਰ ਕੋਈ ਫਲੈਕਸ ਲੱਗੀ ਹੈ ਜਾਂ ਕੋਈ ਇਦਾਂ ਦੇ ਲੱਗੀ ਹੈ ਉਹਦੇ ਕੋ ਉਹਦਾ ਕੰਮ ਥੋੜਾ ਜਿਆ ਫਲੈਕਸਾਂ ਵੱਲ ਤੋਂ ਚਲੋ ਹੋਰ ਉਹਦਾ ਵੀ ਹੈਗਾ ਪਰ ਫਲੈਕਸਾਂ ਨੂੰ ਬਹੁਤ ਘੱਟ ਨਜ਼ਰ ਮਾਰਦੇ ਆ ਉਹਨਾਂ ਜਿਹੜਾ ਮੇਨ ਕੰਮ ਇਹ ਹੈਗਾ ਵੀ ਕੋਈ ਬੰਦਾ ਕੋਈ ਪੈਸੇ ਲੈ ਕੇ ਜਾ ਰਿਹਾ ਕੋਈ ਬੰਦਾ ਸ਼ਰਾਬ ਨਾ ਲੈ ਕੇ ਜਾ ਰਿਹਾ ਹੋਵੇ ਜਾਂ ਕੋਈ ਇਦਾਂ ਦਾ ਕੰਮ ਨਾ ਹੋਵੇ ਜਿਹੜਾ ਇਲੈਕਸ਼ਨ ਜਿਹੜਾ ਇਲੈਕਟ ਕੋਡ ਆਫ ਕੰਡਕਟ ਹੈ ਇਹਦੀ ਉਲੰਘਣਾ ਹੋ ਰਹੀ ਹੋਵੇ ਹਨਾ ਉਹਨਾਂ ਕੋਲ ਇੰਨੀ ਉਹ ਕੈਮਰੇਜ ਤਾਂ ਹੈ ਹੀ ਹੈ ਜਦੋਂ ਗੱਡੀ ਰੋਕ ਰਿਹਾ ਕੈਮਰੇ ਚ ਆ ਰਹੀ ਹੈ ਕਿ ਗੱਡੀ ਰੋਕੀ ਹੈ ਗੱਡੀ ਨੰਬਰ ਉਸ ਤੋਂ ਇਲਾਵਾ ਜਿਹੜਾ ਕੈਮਰਾਮੈਨ ਆ ਉਹ ਤੁਹਾਡੇ ਬਿਲਕੁਲ ਨਾਲ ਨਾਲ ਰਹੇਗਾ ਤਾਂ ਪਹਿਲਾਂ ਵੀ ਇੱਕ ਦਿਨ ਸੀ ਤੇ ਚਰਚਾ ਕੀਤੀ ਸੀ ਕਿ ਉਹ ਕੈਮਰਾ ਨਾਲ ਰਹੇਗਾ ਉਹ ਡਿੱਗੀ ਦੇ ਵਿੱਚ ਤੁਸੀਂ ਡਿੱਗੀ ਖੋਲੀ ਹੈ ਅੱਗੋਂ ਹੱਥ ਕਿੱਥੇ ਵੱਜਿਆ ਕੀ ਨਿਕਲਿਆ ਕਿੰਨਾ ਸਮਾਨ ਸੀ ਕਿੱਥੇ ਰੱਖਿਆ ਉਹ ਵੀ ਕੈਮਰਾ ਤੁਹਾਨੂੰ ਵਾਚ ਕਰ ਰਿਹਾ ਤੇ ਜਿਹੜਾ ਉਹ ਕੈਮਰਾਮੈਨ ਨਾਲ ਉਹ ਵੀ ਵਾਚ ਕਰ ਰਿਹਾ ਤੁਹਾਨੂੰ ਤਾਂ ਕਿ ਦੋ ਕੈਮਰਾਮੈਨ ਨੇ ਜਿਹੜੇ ਤੁਹਾਨੂੰ ਦੋ ਕੈਮਰੇ ਵਾਚ ਕਰ ਰਿਹਾ ਸੀ ਸੀਸੀਟੀਵੀ ਤਾਂ ਕਿ ਜਿੰਨਾ ਤੁਸੀਂ ਡਰੀਡ ਵੀ ਨਹੀਂ ਕਰ ਸਕਦੇ ਹੈਗੇ ਉਹਦੀ ਜਿਹੜੀ ਫੁਟੇਜ ਹੈ ਉਹ ਸਾਰੀ ਚੋਣ ਕਮਿਸ਼ਨ ਬੋਲ ਜਾਣਾ ਜਨਕੀ ਅਸੀਂ ਸਿੱਧਾ ਤੁਹਾਨੂੰ ਕਹਦੇ ਜੇ ਸ਼ਰਾਬ ਦੀ ਵਰਤੋਂ ਕਰਦੇ ਹੋ ਜਾਂ ਪੈਸੇ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੀ ਕੈਮਰੇ ਦੀ ਅੱਖਾ ਉਹ ਕੈਚ ਕਰ ਲਊਗੀ ਤਾਂ ਵੱਡਾ ਜੁਰਮਾਨਾ ਤੇ ਨਾਲ ਤੁਹਾਨੂੰ ਜੇਲ੍ਹ ਵੀ ਜੜੀਆਂ ਜਾਣ ਪੈ ਸਕਦੀ ਹੈ ਬਿਲਕੁਲ ਵੀ ਮਾਮਲਾ ਹਾਂ ਬਿਲਕੁਲ ਬਿਲਕੁਲ ਹੈਗਾ ਉਹਦੇ ਤੋਂ ਦੇਖੋ ਪਰਚਾ ਵੀ ਹੋ ਸਕਦਾ ਕਿਤੇ ਨਾ ਕਿ ਜੇਲ੍ਹ ਦੀਆਂ ਰੋਟੀਆਂ ਵੀ ਖਾਣੀਆਂ ਪੈ ਸਕਦੀਆਂ ਨੇ ਤੁਹਾਨੂੰ ਹਨਾ ਇਹ ਚੀਜ਼ ਇਸ ਕਰਕੇ ਚੋਣ ਕਮਿਸ਼ਨ ਨੇ ਸ਼ਿਕਾਇਤ ਕੀਤੀ ਹੈ ਇਹਦਾ ਕਿਤੇ ਨਾ ਕਿਤੇ ਅਸਰ ਜ਼ਰੂਰ ਪਿਆ ਆਪਾਂ ਹੁਣ ਕਈ ਵਾਰ ਕੈਂਡੀਡੇਟਾਂ ਕੋਲ ਜਾਂਦੇ ਆ ਜਾਂ ਲੋਕਾਂ ਕੋਲ ਆਪਾਂ ਜਾਂਦੇ ਆ ਦੇਖਦੇ ਆ ਕਈ ਵਾਰ ਲੀਡਰਾਂ ਕੋਲੇ ਹਨਾ ਹਰ ਬੰਦਾ ਇਹ ਚੀਜ਼ ਦਿਨੋਂ ਬੇਸ਼ੱਕ ਉੱਪਰੋਂ ਕਹਿੰਦਾ ਹੋਵੇ ਪਰ ਇਹ ਜਿਹੜੂ ਕਹਿੰਦਾ ਗਿਆ ਕਹਿੰਦਾ ਯਾਰ ਸ਼ਿਕਾਇਤ ਬਹੁਤ ਆ ਯਾਰ ਸ਼ਿਕਾਇਤ ਬਹੁਤ ਹੈ ਹਨਾ ਕਈ ਵਾਰ ਹਰ ਬੰਦਾ ਜਦੋਂ ਡਰਿੰਕ ਲਈ ਕੋਈ ਸ਼ਰਾਬ ਲਈ ਹਨ ਤਾਂ ਉਹ ਨੂੰ ਜਰੂਰ ਕਹਿੰਦਾ ਨਹੀਂ ਨਹੀਂ ਯਾਰ ਸਖਤਾਜੀ ਬਹੁਤਾ ਯਾਰ ਚੋਣ ਕਮਿਸ਼ਨ ਦੀ ਅੱਖ ਹਨ ਆਪਾਂ ਇਹ ਕੰਮ ਨਹੀਂ ਕਰਦੇ ਇਹ ਕਹਿੰਦੇ ਮੈਂ ਲੋਕਾਂ ਦੇ ਇੱਕ ਦਿਲਾਂ ਚ ਜਰੂਰ ਉਂਡਰ ਬੈਠ ਗਿਆ ਚੰਗੀ ਗੱਲ ਵੀ ਹੈ ਬਿਲਕੁਲ ਚੰਗਾ ਸੁਣਿਆ ਚੰਗੀ ਗੱਲ ਹੋਣਾ ਚਾਹੀਦਾ ਬਿਲਕੁਲ ਜੇਕਰ ਆਪਾਂ ਇਲੈਕਸ਼ਨਾਂ ਦੇ ਵਿੱਚ ਸ਼ਰਾਬ ਤੇ ਪੈਸੇ ਦੀ ਵਰਤੋਂ ਕਰਾਂਗੇ ਤਾਂ ਬਾਕੀ ਜਿਹੜਾ ਲੋਕਤੰਤਰ ਦਾ ਕਹਾਣਾ ਹੈ ਕਿਉਂਕਿ ਆ ਸਾਨੂੰ ਜਿਹੜਾ ਸਹੀ ਜੜੀ ਹੈ ਉਮੀਦਵਾਰ ਦੀ ਚੋਣ ਕਰਨੀ ਚਾਹੀਦੀ ਹੈ ਤੇ ਇਦਾਂ ਤੋਂ ਦੂਰ ਰਹਿਣਾ ਚਾਹੀਦਾ ਕਿਉਂਕਿ ਪੈਸੇ ਦੀ ਗੱਲ ਕੀਤੀ ਆਵੇ ਨਸ਼ੇ ਦੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਜਿਹੜਾ ਦੂਰ ਪਾਰਟੀਆਂ ਨੂੰ ਇਹੀ ਹੈ ਵੀ ਚੋਣ ਕਮਿਸ਼ਨ ਨੇ ਸਖਤਾਈ ਕੀਤੀ ਹੈ ਉਹ ਇੱਕ ਵੱਖਰਾ ਮੈਟਰ ਹੈ ਹਨਾ ਤੇ ਆਪਾਂ ਉਹ ਤੋਂ ਡਰਦੇ ਵੀ ਆਂ ਔਰ ਡਰਨਾ ਵੀ ਚਾਹੀਦਾ ਪਰ ਇੱਕ ਨਾਲ ਇਹ ਵੀ ਆਪਾਂ ਨੂੰ ਵੀ ਜੇ ਕੋਈ ਲੁਕਵੇਂ ਤਰੀਕੇ ਨਾਲ ਵੀ ਆਪਾਂ ਇਦਾਂ ਦਾ ਕੰਮ ਕਰਦੇ ਆ ਕੋਈ ਨਸ਼ਿਆਂ ਦਾ ਕੋਈ ਸ਼ਰਾਬ ਦਾ ਜਾਂ ਕੋਈ ਹੋਰ ਨਸ਼ੀਲੇ ਪਦਾਰਥਾਂ ਇਦਾਂ ਦਾ ਕਰਕੇ ਆਪਾਂ ਵੋਟਰਾਂ ਨੂੰ ਲੁਭਾਉਂਦੇ ਆ ਇਹਨਾਂ ਚੀਜ਼ਾਂ ਦੇਖ ਕੇ ਤਾਂ ਉਸ ਤੋਂ ਗਰੇਜ ਕਰਨਾ ਚਾਹੀਦਾ ਔਰ ਦੂਜੀ ਗੱਲ ਵੋਟਰਾਂ ਨੂੰ ਵੀ ਆਪਣੀ ਇੱਕ ਹੀ ਅਪੀਲ ਹੈ ਵੀ ਤੁਸੀਂ ਵੋਟ ਦਾ ਇਸਤੇਮਾਲ ਕਰੋ ਜ਼ਰੂਰ ਕਰੋ ਪਰ ਇਹ ਜੇ ਕੈਂਡੀਡੇਟ ਲਈ ਕਰੋ ਜਿਹੜਾ ਤੁਹਾਡੇ ਕੰਮ ਆਵੇ ਜਿਹੜਾ ਤੁਹਾਡੇ ਕੰਮ ਆ ਰਿਹਾ ਹੋਵੇ ਜਾਂ ਜਿਹੜਾ ਸਮਾਜ ਲਈ ਵਧੀਆ ਕੰਮ ਕਰਦਾ ਹੋਵੇ ਆਪਾਂ ਕਿਸੇ ਪਾਰਟੀ ਦਾ ਕਿਸੇ ਕੈਂਡੀਡੇਟ ਦਾ ਨਾਮ ਨਹੀਂ ਲੈਂਦੇ ਕਿ ਕਿਹਨੂੰ ਕਰਨਾ ਹੈ ਉਹ ਜੋ ਤੁਹਾਡੇ ਨਜ਼ਰਾਂ ਚ ਵਧੀਆ ਲੱਗਦਾ ਔਰ ਇਸਤੇਮਾਲ ਵੋਟ ਦਾ ਜ਼ਰੂਰ ਕਰੋ ਹਰ ਹਾਲਤ ਦੇ ਵਿੱਚ ਕਰੋ ਬਿਲਕੁਲ ਬਣਾ ਜਿਸ ਤਰ੍ਹਾਂ ਬਣਾ ਨੇ ਦੱਸਿਆ ਕਿ ਸਾਨੂੰ ਵੋਟ ਦਾ ਇਸਤੇਮਾਲ ਜਿਹੜਾ ਜ਼ਰੂਰ ਕਰਨਾ ਚਾਹੀਦਾ ਪਰ ਸਾਨੂੰ ਵੋਟ ਦਾ ਇਸਤੇਮਾਲ ਉਸ ਸ਼ਖਸ ਦੇ ਲਈ ਕਰਨਾ ਚਾਹੁੰਦਾ ਜਿਹੜਾ ਤੁਹਾਡੇ ਲਈ ਤੁਹਾਡੇ ਸਮਾਜ ਦੇ ਲਈ ਤੇ ਤੁਹਾਡੇ ਲੋਕਾਂ ਦੇ ਲਈ ਖੜਿਆ ਹੋਵੇ ਸਮਾਜ ਤੇ ਭਲਾਈ ਦੇ ਕੰਮ ਕਰ ਰਿਹਾ ਹੋਵੇ ਇਦਾਂ ਨਾ ਹੋਵੇ ਕਿ ਉਹ ਨਸ਼ੇ ਦਾ ਜਿਹੜਾ ਸੇਮਬਲੀ ਕਰ ਰਿਹਾ ਹੋਵੇ ਜਾਂ ਪੈਸੇ ਦੇ ਕੇ ਵੋਟ ਖਰੀਦਿਆ ਹੋਵੇ ਜੇਕਰ ਕੋਈ ਇਦਾਂ ਦਾ ਮਾਮਲਾ ਸਾਹਮਣੇ ਆਂਦਾ ਤਾਂ ਤੁਸੀਂ ਜਿਹੜਾ ਚੋਣ ਕਮਿਸ਼ਨ ਵਿੱਚ ਸ਼ਿਕਾਇਤ ਕਰ ਸਕਦੇ ਹੋ ਤਾਂ ਆਲੇ ਦੁਆਲੇ ਜਿਹੜਾ ਤੁਹਾਡੇ ਏਰੀਆ ਦਾ ਕੋਈ ਵੀ ਐਲਓਆ ਜਾਂ ਕੋਈ ਅਧਿਕਾਰੀ ਸਮਾਨ ਆ ਉਹਨੂੰ ਵੀ ਸ਼ਿਕਾਇਤ ਕਰ ਸਕਦੇ ਹੋ ਪਰ ਜਿਹੜਾ ਵੋਟ ਦਾ ਇਸਤੇਮਾਲ ਕਰਨਾ ਸਾਡਾ ਕਾਨੂੰਨੀ ਜਿਹੜਾ ਹੱਕ ਹੈ ਲੋਕਤੰਤਰ ਦਾ ਹੱਕ ਹੈ ਤੁਸੀਂ ਵੋਟ ਦਾ ਇਸਤੇਮਾਲ ਜ਼ਰੂਰ ਕਰੋ ਅਗਲੇ ਐਪੀਸੋਡ ਦੇ ਵਿੱਚ ਬੋਲ ਗੇ ਮੈਨੂੰ ਤੇ ਮੇਰੇ ਸਹਿਯੋਗੀਆਂ ਦੀ ਉਦਾਸਤਾ ਧੰਨਵਾਦ